ਅਸਲਾਮੁ ਅਲੈਕੁਮ, ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ ਅਤੇ ਗੁੱਡ ਮਾਰਨਿੰਗ ਸੋਹਣੇ ਤੁਹਾਨੂੰ ਕਰਦੇ ਹਾਂ ਅਸੀਂ। ਅੱਜ ਅਸੀਂ ਡਾਇਰੈਕਟ ਹੀ ਗੁੱਡ ਮਾਰਨਿੰਗ 'ਤੇ ਆ ਗਏ ਹਾਂ, ਕਿਉਂਕਿ ਛੋਟੇ ਛੋਟੇ ਕੰਮ ਤਾਂ ਹਾਲੇ ਮੈਂ ਕਈ ਕਰਨੇ ਨੇ, ਘਰ ਦੇ ਨਿਪਟਾਣੇ ਨੇ, ਪਰ ਐਵੇਂ ਕਿ ਫਿਰ ਮੈਂ ਕਿਹਾ ਚਲੋ ਅੱਜ ਮੈਂ ਪਹਿਲੇ ਹੀ ਤੁਹਾਡੇ ਨਾਲ ਖਿਤਾਬ ਕਰ ਲਵਾਂ ਅਤੇ ਬਾਅਦ 'ਚ ਕੰਮ ਕਾਜ ਨਿਪਟਾਉਂਦੇ ਹਾਂ। ਅਤੇ ਉਹ ਕਹਿੰਦੇ ਨੇ ਸਿਰ ਇੱਧਰ ਰੱਖੋ ਜਾਂ ਇੱਧਰ ਰੱਖੋ, ਲੱਕ ਵਿਚਕਾਰ ਹੀ ਆਉਣਾ ਵੀ। ਉਹ ਹਿਸਾਬ ਹੈ ਕਿ ਭਾਵੇਂ ਪਹਿਲੋਂ ਵੀਡੀਓ ਬਣਾ ਲਵੋ, ਭਾਵੇਂ ਪਹਿਲੋਂ ਤੁਹਾਡੇ ਜਵਾਬ ਦੇ ਦਿਉ, ਬਾਅਦ 'ਚ ਦੇ ਦਿਉ, ਇਹ ਤਾਂ ਕਰਨਾ ਹੀ ਕਰਨਾ, ਇਹ ਤਾਂ ਹੁਣ ਜ਼ਿੰਦਗੀ ਦਾ ਹਿੱਸਾ ਵੇ। ਅਤੇ ਚਲੋ ਵੀ ਠੀਕ ਹੈ, ਮੈਂ ਚਾਹ ਦਾ ਇੱਕ ਕੱਪ ਬਣਾ ਕੇ ਤਾਂ ਬੈਠ ਗਈ ਹਾਂ, ਕਿਉਂਕਿ ਚਾਹ ਜਿਹੜੀ ਹੈ ਉਹ ਕਹਿੰਦੇ ਨਾ ਕਿ ਏ ਪੋਜ਼ਿਟਿਵ ਬੀ ਪੋਜ਼ਿਟਿਵ ਬਲੱਡ ਗਰੁੱਪ ਹੁੰਦਾ, ਏ ਬੀ ਪੋਜ਼ਿਟਿਵ ਹੁੰਦਾ, ਪਰ ਚਾਹ ਪੀਣ ਵਾਲਿਆਂ ਦਾ ਟੀ ਪੋਜ਼ਿਟਿਵ ਨਿਕਲਦਾ ਵੇ, ਬਲੱਡ ਗਰੁੱਪ ਵੀ, ਕਿ ਜਿੰਨੀ ਚਾਹ ਪੀਂਦੇ ਨੇ। ਇਹ ਸਭ ਮੈਨੂੰ ਲੱਗਦਾ ਸਾਡਾ ਵੀ ਕਦੇ ਟੈਸਟ ਹੋਏਗਾ ਤਾਂ ਅਸੀਂ ਵੀ ਟੀ ਪੋਜ਼ਿਟਿਵ ਹੀ ਨਿਕਲਾਂਗੇ। ਅਤੇ ਚਲੋ ਜੀ, ਅਸੀਂ ਹੁਣ ਕੀ ਕਹਿੰਦੇ ਨੇ, ਨਾਲ ਮੈਂ ਚਾਹ ਰੱਖੀ ਸੀ ਅਤੇ ਨਾਲ ਮੈਂ ਕਿਹਾ ਤੁਹਾਡੀ ਕਮੈਂਟ ਪੜ੍ਹ ਲਵਾਂ, ਅਤੇ ਨਾਲ ਮੈਂ ਥੋੜ੍ਹਾ ਜਿਹਾ ਕੀ ਖਾਣ ਲੱਗੀ ਹਾਂ। ਇਹ ਜਿਹੜੇ ਉਸ ਮਖਾਣੇ ਔਰ ਜਿਹੜੇ ਅਸੀਂ ਬਣਾਏ ਸਨ ਨਾ, ਜਿਹੜਾ ਡਰਾਈ ਫਰੂਟ ਦੇ ਨਾਲ, ਇਹ ਫਿਰ ਥੋੜ੍ਹਾ ਜਿਹਾ ਮੈਂ ਖਾ ਲੈਂਦੀ ਹੁੰਦੀ ਹਾਂ, ਬੜਾ ਚੰਗਾ ਲੱਗਦਾ, ਨਟਸ ਨੇ ਔਰ ਬੜੇ ਅੱਛੇ ਕਰੰਚੀ ਬਣੇ ਹੋਏ ਨੇ, ਇੰਨਾ ਮਜ਼ਾ ਆਉਂਦਾ ਨਾ ਖਾਣ 'ਚ। ਮੈਂ ਜ਼ਰੂਰ ਖਾ ਲੈਂਦੀ ਹਾਂ ਥੋੜ੍ਹਾ ਜਿਹਾ ਨਾਲ। ਇਹ ਮੈਂ ਇਹ ਕੱਢਣ ਵਾਸਤੇ ਗਈ ਨਾ ਉੱਥੋਂ, ਇਹ ਦੇਖੋ ਕੀ ਮਿਲ ਗਿਆ ਮੈਨੂੰ। ਉਹ ਤੋਂ ਮੈਂ ਦੇਖਿਆ ਪਿੱਛੇ ਸ਼ੀਸ਼ੀਏ ਦੀ ਪਈ ਸੀ, ਮੈਨੂੰ ਮੁਸਤਫਾ ਔਰ ਯੂਸਫ ਯਾਦ ਆ ਗਏ, ਸਪੈਸ਼ਲੀ ਮੁਸਤਫਾ। ਮੁਸਤਫਾ ਨੂੰ ਮੈਂ ਬੜੀਆਂ ਚੰਗੀਆਂ ਲੱਗਦੀਆਂ ਸੀ ਕੈਂਡੀਜ਼, ਅਤੇ ਮੁਸਤਫਾ ਲੈ ਕੇ ਆਉਂਦਾ ਟਾਫੀਆਂ ਅਤੇ ਚੀਜ਼ਾਂ, ਅਤੇ ਮੁਸਤਫਾ ਦਾ ਫੇਵਰੇਟ ਨੇ ਬਈ ਇਹ ਚੀਜ਼ਾਂ। ਅਤੇ ਮੁਸਤਫਾ ਔਰ ਯੂਸਫ ਵੀ ਖਾਂਦੇ ਰਹੇ ਨੇ, ਅਤੇ ਥੋੜ੍ਹੀਆਂ ਜਿਹੀਆਂ ਬੱਚੀਆਂ ਪਈਆਂ ਸਨ, ਮੇਰੀ ਇਕਦਮ ਨਜ਼ਰ ਪਈ ਨਾ, ਅਤੇ ਮੈਨੂੰ ਬੱਚੇ ਯਾਦ ਆ ਗਏ। ਮੁਸਤਫਾ ਦੇਖੋ ਬਈ, ਆਹ ਮੈਨੇ ਆਪਕੀ ਜੋ ਨਾ ਨਿਕਾਲ ਲਈ ਹੈ, ਅਬ ਬਾਕੀ ਵਾਲੀ ਮੈਂ ਖਾਊਂਗੀ ਜੋ ਬਚੀ ਹੋਈ ਹੈ, ਕਿਉਂਕਿ ਮੈਂ ਵੀ ਇੱਕ ਛੋਟੀ ਜਿਹੀ ਬੱਚੀ ਆ। ਐਸੀਆਂ ਚੀਜ਼ਾਂ ਮੈਨੂੰ ਵੀ ਬੜੀਆਂ ਚੰਗੀਆਂ ਲੱਗਦੀਆਂ ਨੇ, ਚਿੱਲੀ ਮਿਲੀ ਔਰ ਇਸ ਟਾਈਪ ਦੀਆਂ ਚੀਜ਼ਾਂ ਮੈਂ ਖਾਂਦੀ ਰਹਿੰਦੀ ਹਾਂ। ਅਤੇ ਅਸੀਂ ਹੁਣ ਥੋੜ੍ਹਾ ਜਿਹਾ ਖਾ ਲਵਾਂਗੇ ਕਿ ਚਲੋ ਹੁਣ ਮੁਕਾਣਾ ਤਾਂ ਹੈ ਵੇ ਨਾ। ਅਤੇ ਮੈਨੂੰ ਬਜ਼ਰੀਆ ਵਟਸਐਪ ਇੱਕ ਮੈਸੇਜ ਮਿਲਿਆ ਕਿ ਉਹਨਾਂ ਨੇ ਹੁਮਾ ਨੇ ਕਿਹਾ ਕਿ ਬਈ ਉਹਨਾਂ ਦਾ ਬੇਟਾ ਵੇ ਛੋਟਾ ਅਲੀ, ਅਲੀ ਜਿਹੜਾ ਵੇ ਉਹ ਮੁਸਤਫਾ ਦਾ ਦੋਸਤ ਹੈ, ਬਿਲਕੁਲ ਕਤਰ ਵਿੱਚ ਬਿਲਕੁਲ ਸਾਹਮਣੇ ਵਾਲੇ ਘਰ 'ਚ ਰਹਿੰਦੇ ਨੇ ਹੁਮਾ ਔਰੀ, ਅਤੇ ਇੱਕ ਸਾਈਡ 'ਤੇ ਯੂਸਫ ਰਾਂ ਦਾ ਘਰ ਹੈ ਔਰ ਬਿਲਕੁਲ ਸਾਹਮਣੇ ਵਾਲਾ ਘਰ ਜਿਹੜਾ ਵੇ ਹੁਮਾ ਔਰਾਂ ਦਾ। ਉਹ ਅਲੀ ਦੀ ਅੰਮੀ ਦੇਖਦੇ ਨੇ ਵਲੌਗ, ਹੁਮਾ ਦੇਖਦੇ ਨੇ, ਸ਼ੁਕਰੀਆ ਹੁਮਾ ਤੁਸੀਂ ਵਲੌਗ ਦੇਖਦੇ ਹੋ, ਅਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਪਰ ਜ਼ਿਆਦਾਤਰ ਲੋਕ ਜਿਵੇਂ ਟੀ ਵੀ 'ਤੇ ਦੇਖ ਰਹੇ ਹੁੰਦੇ ਨਾ, ਅਤੇ ਕਮੈਂਟਸ ਨਹੀਂ ਕਰਦੇ, ਫਿਰ ਉਹ ਕਮੈਂਟ ਨਹੀਂ ਕਰ ਪਾਉਂਦੇ ਕਿ ਟੀ ਵੀ 'ਤੇ ਦੇਖ ਲਿਆ ਬਸ ਬੰਦ ਕਰਤਾ, ਅਗਰ ਫੋਨ 'ਚ ਲੋਕ ਦੇਖਦੇ ਨੇ ਤਾਂ ਫਿਰ ਉਹ ਕਮੈਂਟ ਕਰ ਦਿੰਦੇ ਨੇ। ਅਤੇ ਉਹ ਮੈਨੂੰ ਪਤਾ ਚੱਲਿਆ ਕਿ ਅਲੀ ਜਿਹੜੇ ਨੇ ਅੱਜ ਕੱਲ੍ਹ ਸੁਬਾਹ ਉੱਠਦੇ ਨੇ ਅਤੇ ਆਪਣੇ ਰੂਮ ਤੋਂ ਬਰਾਮਦ ਹੁੰਦੇ ਨੇ ਅਤੇ ਕਹਿੰਦੇ ਨੇ ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਮੈਨੂੰ ਪਤਾ ਚੱਲਿਆ, ਫਿਰ ਬੜਾ ਹਾਸਾ ਵੀ ਆਇਆ, ਮੈਨੂੰ ਖੁਸ਼ੀ ਵੀ ਹੋਈ ਕਿ ਵੀ ਬੱਚਿਆਂ ਵਿੱਚ ਵੀ ਸਾਡਾ ਜਿਹੜਾ ਨਾ ਗੁੱਡ ਮਾਰਨਿੰਗ ਮਕਬੂਲ ਹੋ ਗਿਆ ਵੇ। ਅਤੇ ਉਹ ਫਿਰ ਮੁਸਤਫਾ ਦਾ ਤਾਂ ਬੜਾ ਵੀ ਗਹਿਰਾ ਦੋਸਤੀ ਹੈ ਅਲੀ ਦੇ ਨਾਲ, ਹਰ ਵੇਲੇ ਦੋਨੋਂ ਇਕੱਠੇ ਖੇਡਦੇ ਨੇ, ਅਤੇ ਹੋ ਸਕਦਾ ਮੁਸਤਫਾ ਦੇ ਨਾਲ ਜਿਹੜੇ ਮੇਰੇ ਵਲੌਗ ਸਨ ਉਹਨੇ ਦੇਖੇ, ਉਸ ਤੋਂ ਕੈਚ ਕਰ ਲਿਆ। ਅਤੇ ਬਹੁਤ ਸ਼ੁਕਰੀਆ ਅਲੀ, ਅੱਜ ਅਲੀ ਲਈ ਅਸੀਂ ਸਪੈਸ਼ਲ ਕਹਿ ਦਿੰਦੇ ਹਾਂ ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਅਤੇ ਲਓ ਬਈ, ਅਸੀਂ ਅਲੀ ਦਾ ਮੈਂ ਸ਼ੁਕਰੀਆ ਅਦਾ ਕਰਨੀ ਆ ਬਹੁਤ ਜ਼ਿਆਦਾ।
ਤੇ ਬਹੁਤ ਜ਼ਿਆਦਾ ਤੁਹਾਡੀ ਮੁਹੱਬਤਾਂ ਦਾ ਸ਼ੁਕਰੀਆ। ਅਤੇ ਨਾਲ ਹੀ ਮਹਿਰੀਨ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਮਹਿਰੀਨ ਉੱਥੇ ਕਤਰ ਵਿੱਚ ਬਿਲਕੁਲ ਸਾਡੇ ਬਰਾਬਰ ਵਾਲੇ ਹਾਊਸ 'ਚ ਰਹਿੰਦੇ ਨੇ, ਬਿਲਕੁਲ ਨਾਲ ਦਾ ਘਰ ਜਿਹੜਾ ਹੁੰਦਾ ਨਾ, ਬਿਲਕੁਲ ਪੱਕੇ ਪੱਕੇ ਹਮਸਾਏ ਜਿਹੜੇ ਹੁੰਦੇ ਨੇ ਉਹ ਵਾਲੇ। ਅਤੇ ਮਹਿਰੀਨ ਵੀ ਦੇਖਦੇ ਨੇ ਵਲੌਗ, ਅਤੇ ਮਹਿਰੀਨ ਨੇ ਕਿਹਾ ਵੀ ਆਂਟੀ ਮੇਰਾ ਜ਼ਿਕਰ ਹੀ ਨਹੀਂ ਕਰਦੇ, ਅਤੇ ਬਾਕੀ ਜਿਹੜਾ ਸਾਰੇ ਆਪਣੇ ਦੋਸਤਾਂ ਦਾ ਲੈ ਕੇ ਬਹਿ ਜਾਂਦੇ ਨੇ, ਸਾਰਿਆਂ ਦਾ ਖਿਤਾਬ ਕਰਨ ਲੱਗ ਪੈਂਦੇ ਨੇ, ਮੇਰਾ ਤਾਂ ਕਦੀ ਜ਼ਿਕਰ ਹੀ ਨਹੀਂ ਕੀਤਾ। ਅਤੇ ਮਹਿਰੀਨ ਬਹੁਤ ਸ਼ੁਕਰੀਆ ਮਹਿਰੀਨ ਤੁਹਾਡੀ ਮੁਹੱਬਤਾਂ ਦਾ। ਉੱਥੇ ਮੈਂ ਜੋ ਕਤਰ ਗਈ ਨਾ ਮਹਿਰੀਨ, ਅਸੀਂ ਸ਼ਾਮ ਨੂੰ ਵਾਕ ਕਰ ਲੈਣੇ ਸੀ, ਖਾਸਾ ਅੱਛਾ ਏਰੀਆ ਵੀ ਸਾਫ਼ ਸੁਥਰਾ, ਅਤੇ ਗਲੀ ਵਿੱਚ ਉਸ ਕੋਨੇ ਤੋਂ ਉਸ ਕੋਨੇ ਉਸ ਕੋਨੇ ਤੋਂ ਉਸ ਕੋਨੇ ਅਸੀਂ ਬੜੀ ਵਾਕ ਕੀਤੀ। ਅਤੇ ਮਹਿਰੀਨ ਮੈਨੂੰ ਦਿਨ ਬੜੇ ਯਾਦ ਆਉਂਦੇ ਨੇ ਜਿਹੜੇ ਮੈਂ ਤੁਹਾਡੇ ਨਾਲ ਗੁਜ਼ਾਰੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਹਿਰੀਨ ਔਰ ਇਹਨਾਂ ਦੇ ਹਸਬੈਂਡ ਇਸ਼ਫਾਕ, ਇਹਨਾਂ ਨੂੰ ਮੈਂ ਥੈਂਕਸ ਕਹਿੰਦੀ ਹਾਂ ਕਿ ਸਾਨੂੰ ਇਹ ਲੈ ਗਏ ਬੜੇ ਅੱਛੇ ਇੱਕ ਜਗ੍ਹਾ, ਸਾਨੂੰ ਇਹਨਾਂ ਨੇ ਖਾਣਾ ਖਿਲਾਇਆ ਔਰ ਬੜੇ ਜ਼ਬਰਦਸਤ ਕਿਸਮ ਦੀ ਬਰਿਆਨੀ, ਔਰ ਜੋ ਮਤਲਬ ਬਹੁਤ ਅੱਛੇ ਖਾਣੇ ਸਨ, ਅਸੀਂ ਉਹਦੇ ਪੇਟ ਭਰ ਕੇ ਖਾਣਾ ਖਾਧਾ ਔਰ ਇਹਨਾਂ ਨੇ ਸਾਡੀ ਬੜੀ ਮਹਿਮਾਨਦਾਰੀ ਕੀਤੀ। ਮਹਿਰੀਨ ਹਲਵਾ ਬਣਾਉਂਦੀ ਸੀ, ਮਹਿਰੀਨ ਕੋਈ ਵੀ ਸ਼ੈ ਬਣਾਉਂਦੀ ਸੀ, ਮਹਿਰੀਨ ਸਾਡੇ ਲਈ ਹਿੱਸਾ ਲਿਆਉਣਾ ਨਹੀਂ ਭੁੱਲਦੀ। ਅਤੇ ਬਹੁਤ ਸ਼ੁਕਰੀਆ ਮਹਿਰੀਨ ਤੁਹਾਡੀਆਂ ਮੁਹੱਬਤਾਂ ਦਾ ਵੀ ਕਿ ਤੁਸੀਂ ਦੇਖਦੇ ਹੋ, ਅਤੇ ਮੈਨੂੰ ਲੱਗਦਾ ਤੁਸੀਂ ਵੀ ਉੱਥੇ ਦੇਖਦੇ ਹੋ। ਇੱਕ ਦਿਨ ਮੈਂ ਤੁਹਾਡਾ ਕਮੈਂਟ ਪੜ੍ਹਿਆ ਸੀ, ਉਸ ਤੋਂ ਬਾਅਦ ਮੈਨੂੰ ਤੁਹਾਡਾ ਕਮੈਂਟ ਨਜ਼ਰ ਨਹੀਂ ਆਇਆ, ਅਤੇ ਮੈਂ ਸਮਝੀ ਕਿ ਬਈ ਚਲੋ ਕਿਤੇ ਗੁਜ਼ਰਦੇ ਗੁਜ਼ਰਦੇ ਤੁਸੀਂ ਦੇਖ ਲਿਆ ਹੋਣਾ ਵੇ, ਲੇਕਿਨ ਮੈਨੂੰ ਪਤਾ ਚੱਲਿਆ ਕਿ ਤੁਸੀਂ ਤਾਂ ਵੀ ਰੈਗੂਲਰ ਦੇਖਦੇ ਹੋ, ਅਤੇ ਬਈ ਆਂਟੀ ਦੇ ਨਾਲ ਬੜਾ ਸ਼ਿਕਵਾ ਵੀ ਹੈ ਤੁਹਾਨੂੰ, ਅਤੇ ਬਈ ਐਸਾ ਨਾ ਕਰੋ, ਐਸਾ ਨਾ ਕਰੋ, ਸ਼ਿਕਵੇ ਨਾ ਕਰੋ, ਮੇਰੇ ਨਾਲ ਨਾਰਾਜ਼ਗੀ ਨਾ ਕਰੋ, ਮੈਂ ਤੁਹਾਡਾ ਕੀ ਕਹਿੰਦੇ ਨੇ ਜਿਹੜਾ ਵੀ ਨਾਮ ਹੀ ਲੈ ਦਿੱਤਾ ਵੇ, ਅਤੇ ਤੁਸੀਂ ਕੀ ਕਹਿੰਦੇ ਨੇ ਇਸ ਤਰ੍ਹਾਂ ਮੈਨੂੰ ਦੇਖਦੇ ਵੀ ਰਹੀਓ, ਅਤੇ ਅਸੀਂ ਫਿਰ ਇਨਸ਼ਾਅੱਲਾ ਮੈਂ ਕਤਰ ਆਵਾਂਗੀ, ਅਤੇ ਫਿਰ ਦੁਬਾਰਾ ਸਾਡੀ ਉਹ ਹੀ ਵਾਕ ਵੀ ਸ਼ੁਰੂ ਹੋਏਗੀ ਮੇਰੀ ਔਰ ਮਹਿਰੀਨ ਦੀ, ਅਤੇ ਅਸੀਂ ਦੁਬਾਰਾ ਤੋਂ ਜਿਹੜਾ ਨਾ ਉਹ ਆਪਣਾ ਸਿਲਸਿਲਾ ਜਹਾਂ ਸੇ ਟੂਟਾ ਥਾ ਰਹਾ ਮੁਨਕਤਾ ਹੁਆ ਥਾ ਵਹੀਂ ਸੇ ਹਮ ਜੋੜੇਂਗੇ। ਤਾਂ ਚਲੋ ਜੀ ਅਸੀਂ ਆ ਜਾਂਦੇ ਇਸ ਤਰਫ ਥੋੜ੍ਹਾ ਕਮੈਂਟ ਦੀ ਤਰਫ ਕਿ ਸੋਲਤ ਨਾਲ ਲਿਖਿਆ, ਇਸ਼ਫਾਕ ਅਹਿਮਦ ਨੇ ਲਿਖਿਆ ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ, ਅਤੇ ਲਾਇਬਾ ਨੇ ਦਿਲ ਬਣਾ ਦਿੱਤਾ, ਲਾਇਬਾ ਦਿਲ ਤੋਂ ਸਵਾਲ ਲਾਇਬਾ ਦੇ ਕੋਲ ਕੋਈ ਸ਼ੈਰ ਨਹੀਂ ਜਿਵੇਂ ਲਾਇਬਾ ਦੇ ਕੋਲ ਹੋ ਗੱਲਾਂ ਗੋਰੀਆਂ ਤੇ ਵਿੱਚ ਟੋਏ ਅਸੀਂ ਮਰ ਗਏ ਹੋਏ ਹੋਏ ਓਏ ਹੋਏ ਦੁਹਾਈ ਪੈ ਗਈ ਉਹ ਕੁੜੀ ਕੱਢ ਕੇ ਕਾਲ ਜਾ ਹੋ ਕੁੜੀ ਕੱਢ ਕੇ ਕਾਲ ਜਾ ਲੈ ਗਈ ਕੁੜੀ ਕੱਢ ਕੇ ਕਾਲ ਜਾ ਤਾਂ ਵੀ ਕੁੜੀ ਕੱਢ ਕੇ ਕਾਲਜਾ ਲੈ ਜਾਂਦੀ ਹੈ ਜਦੋਂ ਸਾਨੂੰ ਇੱਕ ਦਿਲ ਭੇਜ ਕੇ ਅਤੇ ਗਾਇਬ ਹੋ ਜਾਂਦੀ ਹੈ ਲਾਇਬਾ। ਅਤੇ ਬਹੁਤ ਸ਼ੁਕਰੀਆ ਲਾਇਬਾ ਤੁਹਾਡੇ ਦਿਲ ਭੇਜਣ ਦਾ, ਦਿਲ ਜਿਹੜੇ ਨਾ ਬੜੇ ਵੀ ਕੀਮਤੀ ਹੁੰਦੇ ਨੇ। ਅਤੇ ਅੰਮੀ ਕਾ ਕਿਚਨ ਵਿੱਚ ਇੱਕ ਆਇਆ ਵੀ ਕਿ ਕਿਚਨਸ ਦੇ ਇਹਨਾਂ ਨੇ ਕੋਈ ਇਹਨਾਂ ਦਾ ਚੈਨਲ ਹੈ, ਬਹੁਤ ਸ਼ੁਕਰੀਆ ਇਹਨਾਂ ਨੇ ਜਿਹੜਾ ਨਾ ਲਿਖਿਆ ਲਾਈਕ ਐਂਡ ਸਬਸਕ੍ਰਾਈਬ ਡਨ, ਅਤੇ ਵੈਰੀ ਨਾਈਸ ਐਂਡ ਬਿਊਟੀਫੁਲ ਡੇ, ਉਹਨਾਂ ਨੇ ਬਈ ਬੜੀ ਤਾਰੀਫ ਕੀਤੀ ਹੈ ਜਿਹੜਾ ਇੱਕ ਮੇਰੀ ਪੁਰਾਣੀ ਵੀਡੀਓ ਦੀ ਕੁਛ ਦਿਨ ਪਹਿਲੇ ਦੀ ਵੀਡੀਓ ਵੇ, ਉੱਤੇ ਉਹਨਾਂ ਨੇ ਬੜਾ ਪਸੰਦਗੀ ਦੇ ਇਜ਼ਹਾਰ ਕੀਤਾ ਵੇ, ਤਾਂ ਬਹੁਤ ਸ਼ੁਕਰੀਆ ਤੁਹਾਡਾ। ਮੈਂ ਇਨਸ਼ਾਅੱਲਾ ਮੈਂ ਦੇਖੋ ਮੈਂ ਵਿੱਚ ਕਮੈਂਟ ਕਰਦਾ ਦੇ ਇੰਨਾ ਪੜ੍ਹ ਨਹੀਂ ਸਕੀ, ਇਸ ਤੋਂ ਮੈਂ ਫਿਰ ਤੁਹਾਡਾ ਸ਼ੁਕਰੀਆ ਅਦਾ ਕਰਾਂਗੀ, ਸਪੈਸ਼ਲੀ ਤੁਹਾਡੇ ਕਮੈਂਟ ਦਾ ਜਵਾਬ ਦੇਵਾਂਗੀ ਇਨਸ਼ਾਅੱਲਾ ਕਿ ਤੁਸੀਂ ਕੀ ਕਹਿੰਦੇ ਨੇ ਮੈਨੂੰ ਕਮੈਂਟ ਕੀਤਾ ਵੇ, ਮੈਂ ਜ਼ਰੂਰ ਤੁਹਾਡਾ ਸ਼ੁਕਰੀਆ ਅਦਾ। ਨਸੀਮਾ ਡਾਰ ਲਿਖਦੇ ਨੇ ਕਿ ਵੈਰੀ ਨਾਈਸ ਵਲੌਗ, ਅਤੇ ਵੈਰੀ ਨਹੀਂ ਲਿਖਿਆ ਉਹਨਾਂ ਨੇ, ਨਾਈਸ ਵਲੌਗ ਲਿਖਿਆ, ਵੈਰੀ ਮੇਰੇ ਬਹੁਤ ਨਿਕਲ ਗਿਆ ਵੇ, ਅਤੇ ਉਹਨਾਂ ਨੇ ਲਿਖਿਆ ਕਿ ਬਹੁਤ ਅੱਛਾ ਵਲੌਗ ਹੈ, ਹਮਾਰੇ ਦਿਨ ਵੀ ਆਪ ਜੈਸੇ ਥੇ,
ਆਲਵੇਜ਼ ਮਿਸ ਪਾਕਿਸਤਾਨ, ਥੈਂਕ ਯੂ ਸ਼ੇਰਿੰਗ। ਉਹਨਾਂ ਨੇ ਨਸੀਮਾ ਨੇ ਲਿਖਿਆ ਹੋਏ ਹੋਏ ਨਸੀਮਾ, ਤੁਸੀਂ ਤਾਂ ਇਹਦਾ ਮਤਲਬ ਹੈ ਕਿ ਬਿਲਕੁਲ ਜਿਹੜੇ ਨੇ ਸਾਡੇ ਪੱਕੇ ਪੱਕੇ ਸਾਥੀ ਹੋ। ਕਿ ਉਹਨਾਂ ਨੇ ਲਿਖਿਆ ਪਹਿਲੇ ਵੀ ਇੱਕ ਦਿਨ ਨਸੀਮਾ ਨੇ ਲਿਖਿਆ ਸੀ ਕਿ ਮੇਰੀਆਂ ਵੀ ਇਹ ਯਾਦਾਂ ਨੇ ਜਿਹੜੀਆਂ ਤੁਹਾਡੀਆਂ ਨੇ, ਅਤੇ ਸਾਰੇ ਉਹਨਾਂ ਜ਼ਮਾਨਿਆਂ ਦੇ ਹੀ ਨੇ ਕਿ ਜਿਹੜੇ ਜ਼ਮਾਨਿਆਂ ਦਾ ਮੈਂ ਜ਼ਿਕਰ ਕਰਨੀ ਆ। ਨਸੀਮਾ ਵੀ ਉਸੀ ਨਸੀਮਾ ਡਾਰ ਜੇ ਕਰਦੇ, ਅਤੇ ਮੈਨੂੰ ਬੜਾ ਚੰਗਾ ਲੱਗਿਆ ਕਿ ਉਹਨਾਂ ਨੇ ਆਪਣੇ ਕਿਹਾ ਕਿ ਬਿਲਕੁਲ ਸੇਮ ਵੀ ਸਾਡੀਆਂ ਵੀ ਇਹ ਕਹਾਣੀਆਂ ਸਨ, ਅਤੇ ਸਾਡੀਆਂ ਵੀ ਇਹ ਹੀ ਦਾਸਤਾਨਾਂ ਸਨ, ਅਤੇ ਸਾਡੀਆਂ ਵੀ ਇਹੀ ਚੀਜ਼ਾਂ ਸਨ। ਜਿਸ ਦਾ ਜਦ ਦੌਰ ਤੁਸੀਂ ਗੁਜ਼ਾਰਿਆ ਵੀ, ਉਸ ਤਰ੍ਹਾਂ ਦੀ ਦਾਸਤਾਨ ਸਾਡੀ ਵੀ ਹੈ। ਅਤੇ ਬਈ ਨਸੀਮਾ ਬਹੁਤ ਸ਼ੁਕਰੀਆ ਕਿ ਤੁਸੀਂ ਕੀ ਕਹਿੰਦੇ ਵਿੱਚ ਸ਼ੇਅਰਿੰਗ ਵੀ ਕੀਤਾ, ਤੁਸੀਂ ਪਸੰਦ ਵੀ ਕੀਤਾ, ਤੁਸੀਂ ਇਸ ਟੋਕ ਨੂੰ ਵੀ ਪਸੰਦ ਕਰਦੇ ਹੋ, ਅਤੇ ਤੁਸੀਂ ਉਸ ਜ਼ਮਾਨੇ ਨੂੰ ਵੀ ਯਾਦ ਕਰਦੇ ਹੋ, ਤੁਹਾਨੂੰ ਚੰਗਾ ਲੱਗਦਾ ਵੇ। ਇੱਥੇ ਦੀ ਰੰਗੀਨੀਆਂ ਵਿੱਚ ਆ ਕੇ ਉਸ ਉਹਨਾਂ ਜ਼ਮਾਨਿਆਂ ਨੂੰ ਭੁੱਲੇ ਨਹੀਂ ਹੋ, ਤੁਸੀਂ ਤੁਹਾਨੂੰ ਯਾਦ ਹੈ ਉਹ ਜ਼ਮਾਨੇ, ਅਤੇ ਉਹ ਕੀ ਕਹਿੰਦੇ ਨੇ ਤੁਸੀਂ ਉਹਨਾਂ ਜ਼ਮਾਨਿਆਂ ਦੀ ਕਦਰ ਕਰਦੇ ਹੋ, ਤੁਸੀਂ ਵੀ ਬੜਾ ਫਖਰ ਮਹਿਸੂਸ ਕਰਦੇ ਹੋ ਵੀ ਸਾਡੇ ਵੀ ਉਹ ਜ਼ਮਾਨੇ ਸਨ। ਅਤੇ ਆਪਣੇ ਜ਼ਮਾਨਿਆਂ 'ਤੇ ਫਖਰ ਕਰਨਾ ਚਾਹੀਦਾ, ਬਜਾਏ ਦੇ ਕਿ ਐਵੇਂ ਬਸ ਬੰਦਾ ਮੂੰਹ ਬਣਾ ਕੇ ਬਹਿ ਜਾਵੇ, ਆਪਣੇ ਜ਼ਮਾਨਿਆਂ 'ਤੇ ਬੜਾ ਫਖਰ ਹੋਣਾ ਚਾਹੀਦਾ। ਅੱਜ ਮੈਨੂੰ ਦੋ ਤਿੰਨ ਦਫ਼ਾ ਵਿੱਚ ਬਾਰ ਬਾਰ ਕਰੀ, ਇੱਕ ਦਫ਼ਾ ਦਰਵਾਜ਼ੇ 'ਤੇ ਆ ਗਿਆ, ਇੱਕ ਦਫ਼ਾ ਫੋਨ ਆ ਗਿਆ, ਤੋੜ ਮੈਨੂੰ ਉੱਠਣਾ ਪੈ ਰਿਹਾ ਵੇ, ਅਤੇ ਵਿੱਚ ਜਿਹੜਾ ਨਾ ਤਸਲਸਲ ਮੇਰਾ ਖਰਾਬ ਹੋ ਰਿਹਾ ਵੇ। ਸ਼ਮਾ ਚੌਧਰੀ ਨੇ ਲਿਖਿਆ, ਕੱਲ ਪਰਦੇਸ ਮੇ ਯਾਦ ਆਏਗੀ, ਧਿਆਨ ਮੇ ਰੱਖਣਾ, ਆਪਣੇ ਵਤਨ ਕੀ ਮੱਟੀ ਵੀ ਸਮਾਨ ਮੇ ਰੱਖਣਾ। ਓਏ ਹੋਏ ਹੋਏ ਸ਼ਮਾ, ਤੁਸੀਂ ਤਾਂ ਇੰਨਾ ਜ਼ਬਰਦਸਤ ਸ਼ੇਅਰ ਲਿਖ ਦਿੱਤਾ ਵੇ, ਜਿਵੇਂ ਗੱਲ ਹੀ ਛੱਡ ਦਵੋ ਕਿ ਵਤਨ ਦੀ ਮੱਟੀ ਦੇ ਹਵਾਲੇ ਦੇ ਨਾਲ ਬੜੀ ਪਿਆਰਾ ਤੁਸੀਂ ਸ਼ੇਅਰ ਲਿਖਿਆ ਵੇ ਕਿ ਆਪਣੇ ਵਤਨ ਕੀ ਮੱਟੀ ਸਮਾਨ ਮੇ ਰੱਖਣਾ। ਜ਼ਬਰਦਸਤ ਸ਼ੇਅਰ ਹੈ, ਇੱਕ ਸ਼ੇਅਰ ਨਹੀਂ ਪੂਰਾ ਜਿਹੜਾ ਨਾ, ਇੱਕ ਪੂਰੀ ਗੱਲ ਜਿੰਨੀ ਮੈਂ ਤਫਸੀਲ ਦੇ ਨਾਲ ਦੱਸ ਰਹੀ ਹਾਂ ਕਰ ਰਹੀ ਹਾਂ ਨਾ, ਉਹ ਤੁਸੀਂ ਇੱਕ ਸ਼ੇਅਰ ਦੇ ਵਿੱਚ ਜਿਹੜੀ ਇਹਨੂੰ ਦੱਸ ਦਿੱਤੀ, ਬਿਆਨ ਕਰ ਦਿੱਤੀ। ਬਹੁਤ ਸ਼ੁਕਰੀਆ ਜੀ ਤੁਹਾਡੇ ਕਮੈਂਟ ਦਾ, ਬੜਾ ਪਿਆਰਾ ਤੁਸੀਂ ਸ਼ੇਅਰ ਲਿਖਿਆ, ਅਤੇ ਮੈਨੂੰ ਅੱਜ ਫਿਰ ਖਾਂਸੀ ਦਾ ਦੌਰਾ ਪੈ ਚੱਲਿਆ ਵੇ, ਅੱਲਾ ਹੀ ਰਹਿਮ ਕਰੇ। ਅਤੇ ਸ਼ੀਲ ਲਿਖਦੇ ਨੇ, ਸਤਿ ਸ਼੍ਰੀ ਅਕਾਲ ਬਾਤ ਜੀ, ਸਾਰੇ ਮੁਲਕ ਚੜ੍ਹਦੀ ਕਲਾ ਵਿੱਚ ਰਹਿਣ, ਅਤੇ ਬਾਹਰ ਗੁਰੂ ਜੀ ਦੀ ਮਿਹਰ ਦੇ ਨਾਲ, ਅਤੇ ਬਾਕੀ ਥੈਂਕ ਯੂ। ਉਹਨਾਂ ਲਿਖਿਆ ਕਿ ਇੰਡੀਪੈਂਡੈਂਸ ਡੇ ਜਿਹੜਾ ਵੇ ਉਹ ਤੁਸੀਂ ਵਿਸ਼ਿਸ਼ ਜਿਹੜੀਆਂ ਕੀਤੀਆਂ ਨੇ ਉਹਨਾਂ ਨੂੰ ਬੜਾ ਚੰਗਾ ਲੱਗਿਆ ਵੇ ਕਿ ਇੰਡੀਪੈਂਡੈਂਟ ਡੇ ਉਹਨਾਂ ਦਾ ਵੀ ਇਹ ਅੱਜ ਮਨਾ ਰਹੇ ਨੇ। ਅਤੇ ਉਹਨਾਂ ਨੇ ਕਿਹਾ ਕਿ ਵੀ ਬੜਾ ਤੁਸੀਂ ਬੜੇ ਜ਼ਿੰਦਾ ਦੇ ਲਓ ਕਿ ਇਕੱਲੇ ਇਕੱਲੇ ਤੁਸੀਂ ਮਨਾ ਲਿਆ ਜਸ਼ਨ ਆਜ਼ਾਦੀ ਚੰਗੇ ਤਰੀਕੇ ਨਾਲ, ਅਤੇ ਵੀ ਕੋਈ ਗੱਲ ਨਹੀਂ ਇਕੱਲੇ ਨਹੀਂ ਹੋ, ਮੈਂ ਮੇਰੇ ਨਾਲ ਮੇਰੀ ਯੂਟਿਊਬ ਫੈਮਿਲੀ ਹੁੰਦੀ ਹੈ, ਅਤੇ ਮੈਂ ਤੁਹਾਡੇ ਨਾਲ ਗੱਲਾਂ ਕਰ ਰਹੀ ਹੁੰਦੀ ਹਾਂ ਨਾ, ਉਸ ਵੇਲੇ ਮੇਰੇ ਵਿਹੜੇ 'ਚ ਤੁਸੀਂ ਆ ਕੇ ਸਾਰੇ ਬੈਠੇ ਹੁੰਦੇ ਹੋ, ਅਤੇ ਅਸੀਂ ਗੱਲਾਂ ਕਰ ਰਹੇ ਹੁੰਦੇ ਹਾਂ, ਅਸੀਂ ਇੱਕ ਦੂਸਰੇ ਨਾਲ ਯਾਦਾਂ ਸ਼ੇਅਰ ਕਰ ਰਹੇ ਹੁੰਦੇ ਹਾਂ, ਅਤੇ ਵੀ ਇਕੱਲੀ ਨਹੀਂ ਹੁੰਦੀ ਆ, ਸਾਰੇ ਤੁਸੀਂ ਮੇਰੇ ਨਾਲ ਹੁੰਦੇ ਹੋ, ਅਤੇ ਫਿਰ ਅਸੀਂ ਗੱਪਸ਼ੱਪ ਮਾਰ ਰਹੇ ਹੁੰਦੇ ਹਾਂ, ਅਤੇ ਬਿਲਕੁਲ ਮੈਂ ਵੈਸੇ ਇੱਕ ਜੁਮਲਾ ਕਹਿਣ 'ਚ ਆਏ ਹੁੰਦਾ ਇਕੱਲੀ, ਲੇਕਿਨ ਮੁਖਾਤਿਬ ਤੁਹਾਡੇ ਸਾਰਿਆਂ ਨਾਲ ਹੁੰਦੀ ਹੈ, ਮੈਨੂੰ ਪਤਾ ਤੁਸੀਂ ਮੇਰੇ ਵਿਹੜੇ 'ਚ ਆ ਕੇ ਬੈਠੋਗੇ, ਅਤੇ ਤੁਸੀਂ ਜਿਹੜਾ ਨਾ ਜਵਾਬ ਵੀ ਦੇਵੋਗੇ, ਅਤੇ ਤੁਸੀਂ ਪਸੰਦ ਵੀ ਕਰੋਗੇ। ਅਤੇ ਅਸੀਂ ਵੀ ਉਹਨਾਂ ਲਿਖਿਆ ਕਿ ਜਲੇਬੀਆਂ ਅਤੇ ਗੁਲਾਬ ਜਾਮਨ ਖਾਈਆਂ ਨੇ, ਅਤੇ ਉਹਨਾਂ ਨੇ ਜਲੇਬੀਆਂ ਅਤੇ ਗੁਲਾਬ ਜਾਮਨ ਖਾ ਕੇ ਨਾ ਸੈਲੀਬ੍ਰੇਸ਼ਨ ਕੀਤਾ ਹੋਏ ਸ਼ੀਲ ਵਾਲਿਆਂ ਨੇ। ਉਹਨਾਂ ਨੇ ਕਿਹਾ ਵੀ ਅਸੀਂ ਵੀ ਅੱਜ ਬੜਾ ਚੰਗੇ ਤਰੀਕੇ ਨਾਲ ਮਨਾ ਰਹੇ ਹਾਂ ਆਪਣਾ ਵਤਨ ਦੀ ਆਜ਼ਾਦੀ ਦਾ ਦੇਣ, ਔਰ ਮਿੱਠਾ ਦੇ ਵਿੱਚ ਫਿਰ ਅਸੀਂ ਇਹ ਚੀਜ਼ਾਂ ਰੱਖੀਆਂ ਨੇ। ਅਤੇ ਬਾਕੀ ਉਹਨਾਂ ਨੇ ਕਿਹਾ ਕਿ ਬਹੁਤ ਚੰਗਾ ਲੱਗਿਆ ਕਿ ਤੁਸੀਂ ਸਾਨੂੰ ਕੀਤਾ। ਉਹਨਾਂ ਨੇ ਸਾਡੇ ਸਾਰੇ ਯੂਟਿਊਬ ਫੈਮਿਲੀ ਜਿਹੜੇ ਸਾਡੇ ਫਰੈਂਡ ਨੇ ਜਿਹੜੇ ਅਸੀਂ ਬੈਠਦੇ ਹਾਂ ਆਪਸ 'ਚ ਗੱਪਸ਼ੱਪ ਕਰਨੇ ਹਾਂ, ਸਾਰਿਆਂ ਨੂੰ ਸ਼ੀਲ ਨੇ ਜਸ਼ਨ ਆਜ਼ਾਦੀ ਦੀ ਮੁਬਾਰਕਬਾਦ ਦਿੱਤੀ। ਅਤੇ ਇਸ ਤਰ੍ਹਾਂ ਜਿਹੜਾ ਵੇ ਨਾ ਬੜਾ ਅੱਛਾ ਲੱਗਦਾ ਵੇ
ਕਿ ਤੁਸੀਂ ਇੱਕ ਦੂਸਰੇ ਨੂੰ ਮੁਬਾਰਕਬਾਦ ਦਿਵੋ, ਇੱਕ ਦੂਸਰੇ ਨੂੰ ਪਿਆਰ ਦਾ ਪੈਗਾਮ ਦਿਵੋ, ਇੱਕ ਦੂਸਰੇ ਨੂੰ ਮੁਹੱਬਤ, ਕਿਉਂਕਿ ਮੁਹੱਬਤ ਵੰਡੋ ਬਈ, ਇਹਦੇ 'ਚ ਕੋਈ ਖਰਚਾ ਨਹੀਂ ਹੈ, ਇਹਦੇ 'ਚ ਕੋਈ ਤੁਹਾਨੂੰ ਜੇਬ 'ਚੋਂ ਤੁਸੀਂ ਧੇਲਾ ਨਹੀਂ ਲਾਉਣਾ ਕਿ ਧੇਲਾ ਵੀ ਕੱਢਣਾ ਹੋਵੇ। ਮੁਹੱਬਤ ਵੰਡਣ 'ਚ ਕੀ ਹੈ, ਪਿਆਰਾ ਬੋਲ ਬੋਲ ਦਿਵੋ, ਕਿਸੇ ਨੂੰ ਅੱਛਾ ਲਫ਼ਜ਼ ਕਹਿ ਦਿਉ, ਕਿਸੇ ਦੀ ਤਾਰੀਫ ਕਰ ਦਿਵੋ, ਕਿਸੇ ਨੂੰ ਉਹ ਕਰ ਦਿਉ, ਅਤੇ ਮੁਹੱਬਤ ਜਿਹੜੀ ਵੰਡਣੀ ਜਿਹੜੀ ਹੈ ਨਾ ਉਹ ਆਸਾਨ ਹੈ, ਕਿ ਤੁਹਾਡਾ ਕੋਈ ਖਰਚਾ ਨਹੀਂ ਹੁੰਦਾ। ਪਰ ਦੁਨੀਆ 'ਚ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਮੁਹੱਬਤ ਫੈਲਾਈਏ, ਨਫ਼ਰਤ ਨੂੰ ਫਰੋਗ ਨਹੀਂ ਦੇਣਾ ਚਾਹੀਦਾ, ਕਿਉਂਕਿ ਨਫ਼ਰਤ ਜਿੰਨੀ ਫੈਲਦੀ ਹੈ ਨਾ ਉਹਦੇ ਤੋਂ ਫਿਰ ਬੜੀਆਂ ਜਿਹੜੀਆਂ ਨੁਕਸਾਨ ਹੀ ਪੈਦਾ ਹੁੰਦੇ ਨੇ। ਕੋਈ ਮੁਲਕ ਆਪਸ 'ਚ ਹੋਣ, ਤੁਸੀਂ ਦੇਖੋ ਇੱਕ ਮੁਲਕ ਵਿੱਚ ਮੁਖਤਲਿਫ ਲੋਕ ਆਪਸ 'ਚ ਨਫ਼ਰਤ ਕਰਨ, ਜਾਂ ਸਰਹੱਦਾਂ ਦੇ ਪਾਰ ਲੜਾਈ ਹੋਵੇ, ਜਾਂ ਇੱਕ ਘਰ ਵਿੱਚ ਲੜਾਈ ਹੋ ਜਾਵੇ ਆਪਸ 'ਚ ਰਿਸ਼ਤੇਦਾਰਾਂ ਦੀ, ਤੁਸੀਂ ਦੇਖੋ ਉਹ ਤੋਂ ਨੁਕਸਾਨ ਹੀ ਹੁੰਦਾ ਵੇ, ਕਦੀ ਉਹਨਾਂ ਨਫ਼ਰਤਾਂ ਨਾਲ ਕਿਸੇ ਦਾ ਫਾਇਦਾ ਨਹੀਂ ਹੋਇਆ। ਤਾਂ ਇਸ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮੁਹੱਬਤ ਵੰਡੋ, ਔਰ ਮੁਹੱਬਤ ਵੰਡਣ 'ਚ ਕੋਈ ਖਰਚਾ ਵੀ ਨਹੀਂ, ਦੋ ਮਿੱਠੇ ਬੋਲ ਬੋਲਣੇ ਹੁੰਦੇ ਨੇ, ਅਤੇ ਬਸ ਅਗਲਾ ਜਿਹੜਾ ਨਾ ਖੁਦ ਹੀ ਤੁਹਾਡਾ ਦੋਸਤੀ ਵੀ ਹੋ ਜਾਂਦੀ ਹੈ, ਉਹ ਤੁਹਾਨੂੰ ਪਸੰਦ ਵੀ ਕਰਦਾ ਵੇ, ਕਿ ਮਿੱਠਾ ਬੋਲ ਜਿਹੜਾ ਹੁੰਦਾ ਨਾ, ਇੱਕ ਮਿੱਠਾ ਬੋਲ ਉਹ ਬਹੁਤ ਜ਼ਿਆਦਾ ਤਾਕਤ ਰੱਖਦਾ ਵੇ ਆਪਣੇ ਅੰਦਰ, ਅਗਰ ਤੁਸੀਂ ਕਿਸੇ ਨਾਲ ਬੋਲਦੇ ਹੋ ਤਾਂ। ਤੇ ਲਓ ਬਈ, ਹੋਰ ਕਿਹਦਾ ਆ ਗਿਆ ਜੀ, ਜਸ਼ਨਿਆ ਸਾਹਿਬ ਦੀ ਮੁਬਾਰਕ, ਖੈਰ ਮੁਬਾਰਕ, ਸ਼ਬੀਰ ਹੁਸੈਨ ਸਾਹਿਬ ਨੇ ਪੋਸਟ ਉੱਪਰ ਲਿਖੀ ਹੈ ਖੈਰ ਮੁਬਾਰਕ, ਅਤੇ ਬਾਕੀ ਉਹਨਾਂ ਨੇ ਲਿਖਿਆ ਸ਼ਬੀਰ ਹੁਸੈਨ ਸਾਹਿਬ ਨੇ ਕਿ ਬਈ ਬੱਚਿਆਂ ਵਿੱਚ ਤਾਂ ਹਫ਼ਤਿਆਂ ਪਹਿਲਾਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ, ਝੰਡਾ ਖਰੀਦ ਕੇ ਲਿਆਉਣਾ ਝੰਡਿਆਂ ਲਈ, ਫਿਰ ਲੜੀਆਂ ਬਣਾਉਣੀਆਂ, ਬੈਚ ਲਿਆਉਣੇ, ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਣੇ, ਟੀ ਵੀ 'ਤੇ ਪਰੇਡ ਗਾਰਡਸ ਦੀ ਤਬਦੀਲੀ ਦੀ ਤਕਰੀਬ ਵੇਖਣੀ, ਮਿੱਲੀ ਨਗਮੇ 'ਤੇ ਹਰ ਕੋਈ ਗਾਉਂਦਾ ਫਿਰਦਾ ਸੀ। ਅਤੇ ਮੇਰੇ ਬਚਪਨ ਵਿੱਚ ਨੁਸਰਤ ਫਤਿਹ ਅਲੀ ਖਾਨ ਦਾ ਨਗਮਾ ਮੇਰੀ ਪਹਿਚਾਨ ਪਾਕਿਸਤਾਨ ਬਹੁਤ ਮਸ਼ਹੂਰ ਹੋਇਆ ਸੀ। ਮੇਰੀ ਪਹਿਚਾਨ ਪਾਕਿਸਤਾਨ, ਮੇਰੀ ਪਹਿਚਾਨ ਪਾਕਿਸਤਾਨ, ਮੁਹੱਬਤ ਅਮਨ ਹੈ ਔਰ ਇਸ ਅਮਨ ਕਾ ਹੈ ਨਾਮ ਪਾਕਿਸਤਾਨ, ਪਾਕਿਸਤਾਨ ਪਾਕਿਸਤਾਨ, ਮੇਰੀ ਪਹਿਚਾਨ ਪਾਕਿਸਤਾਨ। ਅਤੇ ਬਾਕੀ ਵੀ ਮੇਰੀ ਪਹਿਚਾਨ ਪਾਕਿਸਤਾਨ, ਸਾਡੀ ਪਹਿਚਾਨ ਪਾਕਿਸਤਾਨ ਹੈ, ਆਪਣੇ ਮੁਲਕ 'ਤੇ ਫਖਰ ਕਰਨਾ ਚਾਹੀਦਾ ਵੇ, ਆਪਣੇ ਮੁਲਕ ਦੀ ਕਦਰ ਕਰਨੀ ਚਾਹੀਦੀ ਹੈ, ਅਤੇ ਸਾਡੀ ਪੂਰੀ ਦੁਨੀਆ ਵਿੱਚ ਸਾਡੀ ਪਹਿਚਾਨ ਜਿਹੜੀ ਹੈ ਨਾ ਸਾਡੇ ਮੁਲਕ ਨਾਲ ਹੁੰਦੀ ਹੈ। ਅਸੀਂ ਕਿਤੇ ਮੈਂ ਜਹਾਂ ਜਹਾਂ ਵੀ ਜਾਊਂ ਤੁਝਸੇ ਪਹਿਚਾਨਾ ਜਾਊਂ, ਮੈਂ ਜਹਾਂ ਜਹਾਂ ਵੀ ਜਾਊਂ ਤੁਝਸੇ ਪਹਿਚਾਨਾ ਜਾਊਂ, ਹੈ ਅੱਲਾ ਕਾ ਅਹਿਸਾਨ ਤੂੰ ਮੇਰਾ ਦਿਲ ਬਰ ਜਾਨ, ਹੈ ਅੱਲਾ ਕਾ ਅਹਿਸਾਨ ਤੂੰ ਮੇਰਾ ਦਿਲ ਬਰ ਜਾਨ, ਤੇਰੀ ਵਾਦੀ ਵਾਦੀ ਘੁੰਮੂ ਤੇਰਾ ਕੋਨਾ ਕੋਨਾ ਚੁੰਮੂ, ਤੂੰ ਮੇਰਾ ਦਿਲ ਬਰ ਜਾਨ ਤੂੰ ਮੇਰਾ ਦਿਲ ਬਰ ਜਾਨ, ਤੂੰ ਮੇਰਾ ਪਾਕਿਸਤਾਨ ਤੂੰ ਮੇਰਾ ਦਿਲ ਬਰ ਜਾਨ, ਤੂੰ ਮੇਰਾ ਪਾਕਿਸਤਾਨ ਤੂੰ ਮੇਰਾ ਦਿਲ ਬਰ ਜਾਨ। ਅਤੇ ਬਈ ਵਤਨ ਦੀ ਜਿਹੜੀ ਹੈ ਨਾ ਮੁਹੱਬਤ ਛਲਕ ਛਲਕ ਕੇ ਜਾ ਰਹੀ ਹੈ ਅੱਜ ਤੇ ਸਾਡੇ ਵਿੱਚੋਂ, ਸਾਰਿਆਂ ਵਿੱਚੋਂ ਸਾਰੇ ਜਿਹੜੇ ਮੇਰੇ ਯੂਟਿਊਬ ਵਿਹੜੇ 'ਚ ਆ ਕੇ ਬੈਠੇ ਨੇ, ਅਤੇ ਇਹਨਾਂ ਨੇ ਕਿਹਾ ਬੈਚ ਵੀ ਲਾ ਰਹੇ ਸਾ, ਵਾਕਈ ਬੈਚ ਦਾ ਵੀ ਬੜਾ ਇੱਕ ਦੌਰ ਆ ਗਿਆ ਸੀ, ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਨੇ, ਹੁਣ ਤਾਂ ਹੱਦ ਹੀ ਨਹੀਂ। ਉਸ ਜ਼ਮਾਨੇ ਝੰਡੇ ਵਾਲੇ ਬੈਚ ਆਉਂਦੇ ਸਨ, ਜਸ਼ਨ ਆਜ਼ਾਦੀ ਲਿਖਿਆ ਹੁੰਦਾ ਸੀ, ਇਹ ਸਾਡੇ ਤੋਂ ਬਾਅਦ ਦੇ ਵਾਕਿਆ ਨੇ, ਮੇਰੇ ਬੱਚੇ ਵੀ ਇਸ ਤਰ੍ਹਾਂ ਲਿਆਉਂਦੇ ਹੁੰਦੇ ਸਨ। ਪਰ ਇਹ ਵੇਖੀ ਜਿਹੜਾ ਹੁਣ ਤਾਂ ਚਸ਼ਮੇ, ਅਤੇ ਕੱਲ੍ਹ ਮੈਂ ਫੇਸਬੁੱਕ 'ਤੇ ਦੇਖ ਰਹੀ ਸਾਂ, ਉਹ ਹੋਏ ਬੱਚਿਆਂ ਨੇ ਚਸ਼ਮੇ ਪਾਏ, ਕਿਸੇ ਨੇ ਕੁਛ ਕਿਸੇ ਨੇ ਕੁਛ,
ਇੰਨਾ ਕੁਝ ਆ ਗਿਆ, ਕਾਂਟੇ ਆ ਗਏ ਨੇ ਜਸ਼ਨ ਆਜ਼ਾਦੀ ਦੇ, ਤੇ ਅੰਗੂਠੀਆਂ ਆ ਗਈਆਂ ਨੇ, ਤੇ ਘੜੀਆਂ ਆ ਗਈਆਂ, ਹੁਣ ਤੇ ਬੇਹਿਸਾਬ ਚੀਜ਼ਾਂ ਆ ਗਈਆਂ ਨੇ ਕਿ ਬਈ ਹਰ ਕੋਈ ਆਪਣੀ ਪਸੰਦ ਦੀ ਚੀਜ਼ ਖਰੀਦਦਾ ਹੋਵੇ ਤੇ ਚਲੋ ਵੀ ਪਾਉਂਦਾ ਵੇ, ਆਪਣੇ ਵਤਨ ਦਾ ਖੁਸ਼ੀ ਦਾ ਇਜ਼ਹਾਰ ਕਰਦਾ, ਆਪਣੇ ਬੋਝੇ 'ਚੋਂ ਜੇਬ ਢਿੱਲੀ ਕਰਕੇ ਲੋਕ ਫਿਰ ਜਿਹੜਾ ਖੁਸ਼ੀ ਨਾਲ ਮਨਾਉਂਦੇ ਨੇ ਕਿ ਉਸ ਦਿਨ ਫਿਰ ਖਾਣੇ ਵੀ ਪੱਕਦੇ ਨੇ, ਦਾਵਤਾਂ ਹੁੰਦੀਆਂ ਨੇ, ਲੋਕ ਬਾਹਰ ਜਾਂਦੇ ਨੇ, ਰੋਡਸ ਦੇ ਉੱਪਰ ਰਸ਼ ਹੁੰਦਾ ਵੇ ਔਰ ਬੜਾ ਅੱਛਾ ਮੰਜ਼ਰ ਹੁੰਦਾ ਵੇ। ਕਿ ਵਤਨ ਦੀ ਮੁਹੱਬਤ ਜਿਹੜੀ ਹੈ ਉਹ ਕੀ ਕਹਿੰਦੇ ਨੇ, ਇਸ ਤਰ੍ਹਾਂ ਪ੍ਰਵਾਨ ਚੜ੍ਹਦੀ ਹੈ। ਅਤੇ ਜਹਾਂ ਰਾਹ ਵੀ ਆ ਗਏ ਨੇ ਗੈਰ ਹਾਜ਼ਰੀ ਤੋਂ ਬਾਅਦ, ਫਿਰ ਆ ਗਏ ਨੇ ਦੁਬਾਰਾ, ਅਸਲਾਮ ਅਲੈਕੁਮ, ਕੈਸੀ ਹੈ, ਜਸ਼ਨ ਆਜ਼ਾਦੀ ਮੁਬਾਰਕ, ਮਾਸ਼ਾਅੱਲਾ, ਲੁਕਿੰਗ ਵੈਰੀ ਨਾਈਸ, ਬਹੁਤ ਬਈ ਸ਼ੁਕਰੀਆ, ਸ਼ੁਕਰੀਆ ਤੁਹਾਡਾ ਕਿ ਤੁਸੀਂ ਲੁਕਿੰਗ ਵੈਰੀ ਨਾਈਸ ਕਹਿ ਦਿੱਤਾ, ਬਹੁਤ ਸ਼ੁਕਰੀਆ। ਇਹ ਆਪਕੀ ਮੁਹੱਬਤ, ਆਪਕੀ ਮੁਹੱਬਤ ਹੈ, ਆਪਕੀ ਨਜ਼ਰੋਂ ਕੀ ਜੋ ਹੈ ਨਾ ਮੈਂ ਖੂਬਸੂਰਤੀ ਹੈ, ਮਤਲਬ ਹਮ ਕਿਸ ਕਾਬਿਲ, ਬੰਦਾ ਕਿਸ ਕਾਬਿਲ ਹੈ। ਅੱਛਾ, ਮਾਸ਼ਾਅੱਲਾ, ਨਾਈਸ ਸੂਟ, ਬਹੁਤ ਸ਼ੁਕਰੀਆ ਜੀ। ਮੈਨੂੰ ਪਤਾ ਕਿ ਜਹਾਂ ਆਰਾ ਨੇ ਜਿਹੜਾ ਨਾ ਸੂਟ ਦੀ ਤਾਰੀਫ ਜ਼ਰੂਰ ਕਰਨੀ ਹੈ ਕਿ ਜਹਾਰਾ ਨੂੰ ਜਿਹੜਾ ਨਾ ਬੜੇ ਚੰਗੇ ਲੱਗਦੇ ਨੇ ਸੂਟ, ਅਤੇ ਜਹਾਰਾ ਨੇ ਸੂਟ, ਜਹਾਰਾ ਇਹ ਗੁਲ ਅਹਿਮਦ ਦਾ ਸੂਟ ਸੀ, ਮੈਂ ਮੇਰਾ ਖਿਆਲ 2 ਜਾਂ 3 ਸਾਲ ਪਹਿਲੇ ਸ਼ਾਇਦ ਪਾਕਿਸਤਾਨ ਜਦੋਂ ਗਈ ਆ ਨਾ ਉਦੋਂ ਮੈਂ ਲਿਆ ਸੀ, ਮੈਨੂੰ ਬੜਾ ਅੱਛਾ ਲੱਗਿਆ ਜਦੋਂ ਉਹਨਾਂ ਨੂੰ ਕੱਢ ਕੇ ਦਿਖਾਇਆ ਦੁਕਾਨ, ਅਤੇ ਮੈਨੂੰ ਇਤਫਾਕ ਐਸਾ ਕਿ 14 ਅਗਸਤ ਦੇ ਹਵਾਲੇ ਨਾਲ ਹੀ ਅੱਛਾ ਲੱਗਿਆ। ਮੈਂ ਕਿਹਾ ਕਿ ਉਹ ਉਹੀ ਸਾਡੇ ਝੰਡੇ ਵਾਲਾ ਕਲਰ ਹੈ ਔਰ ਚੁੰਨੀ ਦਾ ਪ੍ਰਿੰਟ ਮੈਨੂੰ ਵੈਸੇ ਹੀ ਬੜਾ ਅੱਛਾ ਲੱਗਦਾ ਵੇ, ਕਿ ਮੈਂ ਫਿਰ ਨਾ ਫੌਰੀ ਤੌਰ 'ਤੇ ਲੈ ਲਿਆ, ਕੋਈ ਤਰੱਦ ਨਹੀਂ ਕੀਤਾ, ਬਸ ਮੈਂ ਖਰੀਦ ਲਿਆ, ਮੈਂ ਕਿਹਾ ਬਸ ਇਹ ਤਾਂ ਮੈਂ ਲੈਣਾ ਮੈਂ ਸੂਟ, ਅਤੇ ਉਹ ਮੈਂ ਲੈ ਲਿਆ। ਅਤੇ ਉਹ ਫਿਰ ਹੁਣ ਇਹ ਕਿ 14 ਅਗਸਤ ਵਿੱਚ ਵੀ ਮੈਂ ਇੱਕ ਅੱਧ ਦਫਾ ਪਾਇਆ, ਲੇਕਿਨ 14 ਅਗਸਤ ਦੇ ਹਵਾਲੇ ਨਾਲ ਜਦੋਂ ਮੈਂ ਕੱਢ ਕੇ ਪਾ ਲਿਆ, ਲੇਕਿਨ ਲਿਆ ਮੈਂ ਇਹੀ ਸੋਚ ਕੇ ਸੀ ਕਿ 14 ਅਗਸਤ ਦੇ ਹਵਾਲੇ ਦੇ ਹਿਸਾਬ ਨਾਲ, ਅਤੇ ਮੇਰਾ ਬੜਾ ਫੇਵਰੇਟ ਹੈ, ਪਰ ਦਰਜ਼ੀ ਨੇ ਥੋੜ੍ਹਾ ਖਰਾਬ ਕੰਮ ਕਰ ਦਿੱਤਾ ਸੀ। ਉਸ ਜ਼ਮਾਨੇ 'ਚ ਮੇਰੇ 7 ਸੂਟ ਮੈਂ ਲੈ ਕੇ ਦਿੱਤੇ ਸਰ ਉਹਨੂੰ, 7 ਦੇ 7 ਦੇ ਉਹਨੇ ਗਲਿਆਂ ਦਾ ਬੇੜਾ ਗਰਕ ਜਿਹੜਾ ਹੁੰਦਾ ਨਾ ਉਹ ਕਰ ਦਿੱਤਾ ਸੀ, ਅਤੇ ਬਹਿਰਾ ਲੈ ਵੀ ਚਲੋ ਪਾ ਲੈਣੀ, ਉੱਪਰ ਦੁਪੱਟਾ ਆ ਜਾਂਦਾ, ਲੇਕਿਨ ਮੈਨੂੰ ਉਹ ਗਲੇ ਉਹਨੇ ਬੜੇ ਖਰਾਬ ਕਰ ਦਿੱਤੇ ਸਨ। ਅਤੇ ਬਈ ਹੁਣ ਦਰਜ਼ੀ ਦੇ ਬਸ ਬੰਦਾ ਪਵੇ, ਅਤੇ ਮੈਂ ਦਰਜ਼ੀਆਂ ਦੇ ਉਹਨਾਂ ਨੂੰ ਯਾਦ ਕਿਸ ਤਰ੍ਹਾਂ ਅਸੀਂ ਕਰਾਂਗੇ ਜੇ ਚੰਗਾ ਚੰਗਾ ਸਾਡਾ ਸੂਟ ਸੀ ਦੇਣਗੇ, ਅਤੇ ਉਹ ਯਾਦ ਤਾਂ ਅਸੀਂ ਉਦੋਂ ਹੀ ਕਰਾਂਗੇ ਨਾ ਕਿ ਜਦੋਂ ਸਾਡਾ ਬੂਟਾ ਪੁੱਟਦੇ ਨੇ ਸੂਟਾਂ ਦਾ, ਤਾਂ ਫਿਰ ਅਸੀਂ ਕਹਿੰਦੇ ਹਾਂ ਕਿ ਫਲਾਣੇ ਨੇ ਇਹ ਕਰ ਦਿੱਤਾ, ਫਲਾਣੇ ਨੇ ਇਹ ਕਰ ਦਿੱਤਾ, ਉਹਨੂੰ ਅਸਲ 'ਚ ਉਹ ਆਪਣੀ ਯਾਦ ਦਿਲ ਸਾਡੇ ਦਿਲਾਂ 'ਚ ਰੱਖਣਾ ਚਾਹੁੰਦੇ ਨੇ, ਅਤੇ ਸੂਟਾਂ ਦਾ ਵੱਢ ਟੁੱਕ ਕੇ ਨਾ ਅਜੀਬੋ ਗਰੀਬ ਨਕਸ਼ਾ ਬਣਾ ਦਿੰਦੇ ਨੇ। ਅਤੇ ਉਹਨਾਂ ਨੇ ਲਿਖਿਆ ਕਿ ਬੈੱਡਸ਼ੀਟ ਵੀ ਆਪਕੀ ਨਾਈਸ ਹੈ, ਅਤੇ ਸੂਟ ਕੇ ਸਾਥ ਬੈਕਗਰਾਊਂਡ ਬਹੁਤ ਅੱਛਾ ਲੱਗ ਰਿਹਾ ਥਾ, ਅੱਲਾਹ ਪਾਕ ਖੈਰ ਕਰੇ, ਸਿਹਤ ਅਤਾ ਕਰੇ, ਸਲਾਮਤ ਰਹੇ। ਬਹੁਤ ਸ਼ੁਕਰੀਆ ਜੀ ਜਹਾਰਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਉਹਨਾਂ ਨੇ ਕਿਹਾ ਉਹ ਮਲਕਾ ਹੈ ਤਰੰਨੁਮ, ਅੱਜ ਮਲਕਾ ਹੈ ਜਜ਼ਬਾਤ ਹੈ ਜੀ, ਉਹਨਾਂ ਨੇ ਕਿਹਾ ਪਾਕਿਸਤਾਨ ਜ਼ਿੰਦਾਬਾਦ, ਅਤੇ ਟੇਕ ਕੇਅਰ, ਅਤੇ ਬਲੈਸ ਲਿਖਿਆ ਉਹ ਹੋ ਹੋ ਬਈ, ਉਹਨੇ ਕਿਹਾ ਕਿ ਮਲਕਾ ਤਰੰਨੁਮ, ਅੱਜ ਮਲਕਾ ਜਜ਼ਬਾਤ ਬੜੀ ਹੋਈ, ਓਏ ਹੋਏ ਹੋਏ ਬਈ, ਮਲਕਾ ਜਜ਼ਬਾਤ ਜਿਹੜੇ ਸਨ ਨਾ ਨਈਅ ਸੁਲਤਾਨਾ ਇੱਕ ਅਦਾਕਾਰਾ ਹੁੰਦੇ ਸਨ, ਉਹਨਾਂ ਨੂੰ ਕਿਹਾ ਜਾਂਦਾ ਸੀ ਮਲਕਾ ਜਜ਼ਬਾਤ, ਉਹਨਾਂ ਬੜੀ ਅੱਛੀ ਐਕਟਿੰਗ ਹੁੰਦੀ ਸੀ ਔਰ ਇਸ ਤਰ੍ਹਾਂ ਉਹ ਕਰਦੇ ਸਨ, ਅਤੇ ਉਹਨਾਂ ਨੂੰ ਮਲਕਾ ਜਜ਼ਬਾਤ ਕਿਹਾ ਜਾਂਦਾ ਸੀ, ਅਤੇ ਮਲਕਾ ਤਰੰਨੁਮ ਤਾਂ ਨਾ ਹੀ ਦੁਨੀਆ ਜਾਣਦੀ ਹੈ। ਸ਼ੁਕਰੀਆ ਕਿ ਤੁਸੀਂ ਮਲਕਾ ਜਜ਼ਬਾਤ, ਮਲਕਾ ਤਰੰਨੁਮ ਅਤੇ ਸਭ ਕੁਛ ਕਹਿ ਦਿੱਤਾ ਵੀ, ਮੈਨੂੰ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ ਜਹਾਰਾ, ਕਿ ਤੁਸੀਂ ਬੜੀ ਡਿਟੇਲ ਦੇ ਨਾਲ ਕਰ ਲਿਖਦੇ ਹੋ ਔਰ ਤੁਸੀਂ ਬੈਕਗਰਾਊਂਡ ਔਰ ਸਾਰੀਆਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖਦੇ ਹੋ, ਮੈਨੂੰ ਤਾਂ ਖੈਰ ਉਸ ਵੇਲੇ ਖਿਆਲ ਨਹੀਂ ਸੀ। ਇਹ ਯੂਸਫ ਨੇ ਇਹ ਵਾਲੀ ਬੈੱਡ ਸ਼ੀਟ ਨਾ ਆਪਣੀ ਚੋਇਸ ਨਾਲ ਖਰੀਦੀ ਸੀ, ਯੂਸਫ ਕਹਿੰਦਾ ਸੀ ਮੈਨੂੰ ਸਟਾਰ ਵਾਲੀ ਚਾਹੀਦੀ ਹੈ,
ਉਹਨੂੰ ਬੜੀ ਅੱਛੀ ਲੱਗਦੀ ਸੀ ਅਤੇ ਅਸੀਂ ਫਿਰ ਉਹਦੇ ਪਸੰਦ ਨਾਲ ਜਦੋਂ ਇੱਥੇ ਰਹਿੰਦੇ ਸਾਂ ਫਿਰ ਸਟਾਰ ਵਾਲੀ ਖਰੀਦੀ ਸੀ ਇਹ ਜਿਹੜਾ ਬੈਡਸ਼ੀਟ, ਅਤੇ ਫਿਰ ਯੂਸਫ ਬੜੇ ਸ਼ੌਕ ਨਾਲ ਲੈਂਦਾ ਸੀ ਅਤੇ ਮੈਂ ਇਸ ਤੋਂ ਜ਼ਿਆਦਾਤਰ ਇਹੀ ਵਾਲੀ ਵਿਛਾਨੀ ਆ, ਕਿਉਂਕਿ ਉੱਪਰ ਤਾਂ ਹੁਣ ਕਿਸੇ ਨੇ ਜਾਣਾ ਨਹੀਂ, ਲੇਕਿਨ ਮੈਂ ਜਦੋਂ ਜਾਂਦੀ ਹਾਂ ਫਿਰ ਕਿਸੇ ਨਾ ਕਿਸੇ ਹਵਾਲੇ ਨਾਲ ਫਿਰ ਬੱਚਿਆਂ ਦੇ ਨਾ ਮੇਰੇ ਮੈਮੋਰੀਜ਼ ਵਿੱਚ ਉਹ ਚੀਜ਼ਾਂ ਰਹਿੰਦੀਆਂ ਨੇ ਕਿ ਇਹ ਯੂਸਫ ਦੀ ਪਸੰਦ ਦੀ ਚੀਜ਼ ਹੈ, ਮੁਸਤਫਾ ਨੇ ਲਾਇਆ ਸੀ ਇੱਥੇ, ਫਰਿਜ 'ਤੇ ਵੀ ਇੱਕ ਯੂਸਫ ਨੇ ਇੱਕ ਝੰਡਾ ਜਿਹਾ ਇੰਗਲੈਂਡ ਦਾ ਲਾਇਆ ਸੀ ਬਣਿਆ ਹੋਇਆ ਕਾਰਡ, ਉਹ ਇੱਥੇ ਲਟਕਿਆ ਹੋਇਆ, ਮੈਂ ਕਦੇ ਨਹੀਂ ਉਤਾਰਿਆ, ਮੈਂ ਕੱਲ੍ਹ ਤੁਹਾਨੂੰ ਖੜੀ ਹੋ ਕੇ ਨਾ ਇੱਥੇ ਦਿਖਾਵਾਂਗੀ, ਅਤੇ ਉਹ ਜਿਹੜੀ ਚੀਜ਼ਾਂ ਇਸ ਤਰ੍ਹਾਂ ਬੱਚਿਆਂ ਦੀਆਂ ਨੇ ਨਾ ਫਿਰ ਉੱਥੇ ਹੀ ਲੱਗੀਆਂ ਹੋਈਆਂ ਨੇ, ਮੈਂ ਉਤਾਰੀਆਂ ਨਹੀਂ ਨੇ। ਤਾਂ ਚਾਹ ਮੇਰੀ ਹੋ ਗਈ ਜੇ ਠੰਡੀ, ਚਾਹ ਦਾ ਕੱਪ ਜਿਹੜਾ ਨਾ ਵਿਚਾਰਾ ਹੋ ਗਿਆ ਵੇ ਠੰਡਾ, ਹੁਣ ਇਹਨੂੰ ਗਰਮ ਕਰਾਂਗੀ ਤਾਂ ਫਿਰ ਹੀ ਪੀਣਾ ਪਏਗਾ ਕਿ ਬਹੁਤ ਜ਼ਿਆਦਾ ਠੰਡੀ ਹੋ ਗਈ ਹੈ। ਅਤੇ ਇਸ ਤਰ੍ਹਾਂ ਫਿਰ ਜਿਹੜੀਆਂ ਸਾਡੀਆਂ ਯਾਦਾਂ ਨੇ, ਸਾਡੀਆਂ ਚੀਜ਼ਾਂ ਨੇ ਅੱਜ ਚੱਲਦੀਆਂ ਰਹਿੰਦੀਆਂ ਨੇ 14 ਅਗਸਤ ਦੇ ਹਵਾਲੇ ਨਾਲ। ਤੁਸੀਂ ਅੱਛੇ ਅੱਛੇ ਕਮੈਂਟ ਕੀਤੇ, ਅਸੀਂ ਜੁੜੇ, ਅਤੇ ਸ਼ਬੀਰ ਹੁਸੈਨ ਸਾਹਿਬ ਨੇ ਵੀ ਆਪਣੇ ਸ਼ੇਅਰ ਕੀਤੀਆਂ ਬਚਪਨ ਦੀਆਂ ਯਾਦਾਂ ਕਿ ਕਿਸ ਤਰ੍ਹਾਂ ਅਸੀਂ ਮਨਾਉਂਦੇ ਸਾਂ। ਅਤੇ ਉਹ ਮੇਰਾ ਖਿਆਲ ਹੈ ਲੜਕੇ ਜ਼ਿਆਦਾ ਅੱਛੇ ਤਰੀਕੇ ਨਾਲ ਮਨਾਉਂਦੇ ਨੇ ਕਿ ਮੁੰਡਿਆਂ ਨੂੰ ਤਾਂ ਆਜ਼ਾਦੀ ਹੁੰਦੀ ਆ, ਜਿੱਥੇ ਮਰਜ਼ੀ ਨਿਕਲ ਜਾਣ, ਗਲੀ 'ਚ ਫੇਰਣ, ਉੱਧਰ ਜਾਣ, ਬੱਚੀਆਂ ਤਾਂ ਫਿਰ ਵੀ ਥੋੜ੍ਹੀ ਬਹੁਤ ਹੁੰਦੀ ਹੈ ਕਿ ਵੀ ਐਵੇਂ ਵੀ ਜਾਣਾ, ਘਰ ਵਾਲੇ ਨਾਲ ਲੈ ਕੇ ਜਾਂਦੇ ਨੇ, ਪਰ ਮੁੰਡੇ ਜਿੰਨਾ ਇੰਜੋਏ ਕਰਦੇ ਨੇ ਨਾ ਜਸ਼ਨ ਆਜ਼ਾਦੀ ਨੂੰ ਬਹੁਤ ਜ਼ਿਆਦਾ। ਸ਼ਬੀਰ ਹੁਸੈਨ ਸਾਹਿਬ ਨੂੰ ਪਤਾ ਹੋਣਾ ਕਿ ਇੰਨੀ ਕੋਈ ਰੋਕ ਟੋਕ ਨਹੀਂ ਹੁੰਦੀ ਘਰੋਂ ਕਿ ਵੀ ਬੱਚੇ ਨੇ ਹੁਣ ਜਸ਼ਨ ਆਜ਼ਾਦੀ ਹੈ, ਮਨਾ ਰਹੇ ਨੇ, ਗਲੀਆਂ 'ਚ ਫਿਰ ਰਹੇ ਨੇ, ਖੂਬ ਮਜ਼ੇ ਕਰਦੇ ਨੇ। ਮੁੰਡਿਆਂ ਨੂੰ ਥੋੜ੍ਹੀ ਜਿਹੀ ਰਿਆਇਤ ਮਿਲ ਹੀ ਜਾਂਦੀ ਹੈ, ਰਿਆਇਤੀ ਨੰਬਰ ਮਿਲ ਜਾਂਦੇ ਨੇ ਕਿ ਉਹ ਆਪਣੀ ਮਰਜ਼ੀ ਦੇ ਨਾਲ ਕਰ ਲੈਂਦੇ ਨੇ ਆਪਣਾ ਜਸ਼ਨ ਆਜ਼ਾਦੀ ਦਾ ਹਿਸਾਬ। ਅਤੇ ਬਈ ਹੁਣ ਚਲੋ ਅਸੀਂ ਕੀ ਕਹਿੰਦੇ ਨੇ ਆਪਣੇ ਮੁਲਕ ਦੀ ਹਵਾਲੇ ਦੇ ਨਾਲ ਗੱਲਾਂ ਕਰ ਲਈਆਂ, ਬੜੇ ਦਿਲ ਖੁਸ਼ ਹੁੰਦਾ ਵੇ ਕਿ ਜਦੋਂ ਅਸੀਂ ਰਲ ਬੈਠ ਕੇ ਇਸ ਤਰ੍ਹਾਂ ਕਿਸੇ ਨਾ ਕਿਸੇ ਮੌਜੂ ਨੂੰ ਡਿਸਕਸ ਕਰ ਲੈਂਦੇ ਹਾਂ ਤਾਂ ਫਿਰ ਉਹ ਚੰਗਾ ਲੱਗਦਾ ਵੇ। ਜਸ਼ਨ ਆਜ਼ਾਦੀ ਹੋਵੇ ਜਾਂ ਕੋਈ ਵੀ ਜਿਹੜਾ ਟੋਪਿਕ ਆਉਂਦਾ ਵੇ ਸਾਡਾ, ਅਸੀਂ ਉਸ ਹਵਾਲੇ ਨਾਲ ਇੱਕ ਦੂਸਰੇ ਨਾਲ ਆਪਣੀਆਂ ਯਾਦਾਂ ਸ਼ੇਅਰ ਕਰਨੇ ਹਾਂ। ਅਤੇ ਤੁਸੀਂ ਦੇਖੋ ਕਿ ਤੁਸੀਂ ਅੱਜ ਬਹਿ ਜਾ ਕੇ ਨੇ, ਜਿਵੇਂ ਸ਼ਬੀਰ ਹੁਸੈਨ ਸਾਹਿਬ ਨੇ ਲਿਖਿਆ ਕਿ ਬਹੁਤ ਸਾਰੀਆਂ ਚੀਜ਼ਾਂ ਮੈਂ ਵੀ ਕੱਲ੍ਹ ਕੁਛ ਦੇਖੀਆਂ, ਬਹੁਤ ਚੀਜ਼ਾਂ ਆ ਗਈਆਂ ਨੇ, ਲੇਕਿਨ ਉਹ ਨਾਯਾਬ ਜ਼ਮਾਨੇ ਜਦੋਂ ਮੈਂ ਜ਼ਿਕਰ ਕੀਤਾ ਕਿ ਲਈ ਦੇ ਨਾਲ ਅਸੀਂ ਝੰਡੀਆਂ ਬਣਾਉਂਦੇ ਹੁੰਦੇ ਸਾਂ, ਡੋਰੀ ਇੱਕ ਹੁੰਦੀ ਸੀ ਅਤੇ ਜਿਹੜੀਆਂ ਉਹਦੀਆਂ ਮੱਛਰਦਾਨੀ ਦੇ ਡੰਡੇ ਹੁੰਦੇ ਸਨ ਉਹਨਾਂ ਦੇ ਉੱਤੇ ਅਸੀਂ ਲਾ ਲੈਂਦੇ ਹੁੰਦੇ ਸਾਂ, ਉਹ ਵੀ ਤਾਂ ਇੱਕ ਜ਼ਮਾਨੇ ਹੀ ਸਨ। ਜ਼ਮਾਨਾ ਕਿੰਨਾ ਫਿਰ ਬਦਲ ਜਾਂਦਾ, ਅੱਗੇ ਚੱਲਦਾ ਆਉਂਦਾ ਚੱਲਦਾ ਆਉਂਦਾ, ਜ਼ਮਾਨੇ ਦੇ ਹਿਸਾਬ ਦੇ ਨਾਲ ਨਾਲ ਚੀਜ਼ਾਂ ਫਿਰ ਨਵੀਆਂ ਨਵੀਆਂ ਆ ਜਾਂਦੀਆਂ ਨੇ। ਪੁਰਾਣੇ ਲੱਕੜ ਦੇ ਬੂਹੇ ਜਿਹਨਾਂ 'ਚ ਇੱਕ ਹੁੱਕ ਲੱਗੀ ਹੁੰਦੀ ਸੀ, ਇੱਕ ਡੱਕਾ ਉਹਨੂੰ ਕਹਿੰਦੇ ਸਨ, ਡੱਕਾ ਜਾਂਦਾ ਸੀ, ਇਸ ਤਰ੍ਹਾਂ ਕਰਕੇ ਘੁਮਾ ਦੇਈਦਾ ਸੀ ਨਾ, ਤਾਂ ਉਹਦੇ ਵਿੱਚ ਅੜਿੱਕਾ ਲੱਗ ਜਾਂਦਾ ਸੀ ਲੱਕੜ ਦਾ ਹੀ, ਅਤੇ ਬਸ ਖੋਲ ਕੇ ਅੰਦਰ ਆ ਜਾਣਾ, ਖੋਲ ਕੇ ਚਲੇ ਜਾਣਾ। ਪਰ ਜ਼ਿਆਦਾਤਰ ਘਰਾਂ ਦੇ ਉੱਤੇ ਦਰਵਾਜ਼ੇ ਵੈਸੇ ਹੀ ਖੁੱਲ੍ਹੇ ਹੁੰਦੇ ਸਨ, ਅੜਿੱਕਾ ਲਾਉਣ ਦੀ ਵੀ ਲੋੜ ਨਹੀਂ ਹੁੰਦੀ ਸੀ, ਕਿ ਬੂਹੇ ਖੁੱਲ੍ਹੇ ਹੁੰਦੇ ਸਨ, ਜਿਸ ਘਰ 'ਚ ਵੀ ਤੁਸੀਂ ਜਾਓ ਵੜ ਜਾਵੋ ਅਤੇ ਬੂਹੇ ਖੁੱਲ੍ਹੇ ਮਿਲਦੇ ਸਨ। ਜਾਂ ਬਹੁਤ ਜ਼ਿਆਦਾ ਅਤੇ ਉਹ ਲੱਕੜ ਦਾ ਅੜਿੱਕਾ ਹੁੰਦਾ ਸੀ, ਅਤੇ ਰਾਤ ਨੂੰ ਸੌਣ ਲੱਗੇ ਉਹ ਇੱਕ ਚੇਨ ਵਾਲੀ ਕੁੰਡੀ ਹੁੰਦੀ ਸੀ, ਇਸ ਤਰ੍ਹਾਂ ਕਰਕੇ ਉਹ ਕੁੰਡੀ ਬੰਦ ਕਰ ਦਿੱਤੀ ਜਾਂਦੀ ਸੀ। ਛੋਟੀਆਂ ਦੀਵਾਰਾਂ ਹੁੰਦੀਆਂ ਸਨ, ਕੋਈ ਸਾਜ਼ੋ ਸਮਾਨ ਘਰਾਂ 'ਚ ਕੀਮਤੀ ਬਹੁਤ ਹੁੰਦਾ ਨਹੀਂ ਸੀ, ਜੇ ਚੋਰੀ ਚਕਾਰੀ ਦਾ ਡਰ ਹੋਏ ਫਿਰ ਵੀ ਚੋਰੀਆਂ ਸ਼ਾਰੀਆਂ ਹੋ ਜਾਂਦੀਆਂ ਸਨ ਉਸ ਜ਼ਮਾਨੇ 'ਚ ਵੀ, ਲੇਕਿਨ ਕੋਈ ਐਸਾ ਕੀਮਤੀ ਮਾਲ ਮਤਾ ਬਹੁਤ ਲੋਕਾਂ ਕੋਲ ਹੁੰਦਾ ਵੀ ਨਹੀਂ ਸੀ, ਕੱਪੜੇ ਹੁੰਦੇ ਸਨ, ਪਰ ਚੋਰ ਤਾਂ ਸਾਡੇ ਨਾਲ ਵੀ ਬਹੁਤੇ ਕੋਈ ਹੁੰਦੇ ਸਨ, ਖਤਰਨਾਕ ਗਰੀਬ ਕਿਸਮ ਦੇ, ਅਤੇ ਉਹ ਫਿਰ ਵੀ ਚੋਰੀਆਂ ਕਰਕੇ ਲੈ ਜਾਂਦੇ ਸਨ। ਪਰ ਉਸ ਜ਼ਮਾਨੇ 'ਚ ਚੋਰ ਦਾ ਵੀ ਫਿਰ ਖੁਰਾ ਲੱਭਿਆ ਜਾਂਦਾ ਸੀ, ਫਿਰ ਉਹ ਬੜੇ ਖੋਜੀ, ਉਹਨਾਂ ਨੂੰ ਕਹਿੰਦੇ ਸਨ ਖੋਜੀ, ਅਤੇ ਜਿੱਥੇ ਕੋਈ ਜਾਨਵਰ ਪਿੰਡਾਂ 'ਚ ਕੋਈ ਗੁਆਚ ਜਾਂਦਾ ਸੀ ਜਾਂ ਕੋਈ ਘਰ 'ਚ ਚੋਰੀ ਹੋ ਜਾਂਦੀ ਸੀ, ਖੋਜੀ ਨੂੰ ਬੁਲਾਇਆ ਜਾਂਦਾ ਸੀ। ਉਹ ਖੋਜੀ ਇੰਨੇ
ਜ਼ਬਰਦਸਤ ਹੁੰਦੇ ਸਨ ਕਿ ਬਈ ਅੱਜ ਕੱਲ੍ਹ ਦੇ ਜਾਸੂਸ ਵੀ ਘੱਟ ਹੋਣੀ, ਉਹ ਪੈਰਾਂ ਦੇ ਨਿਸ਼ਾਨਾਂ ਤੋਂ ਫਿਰ ਦੇਖਦੇ ਸਨ, ਫਿਰ ਉਹ ਬੜਾ ਉਹਨਾਂ ਨੂੰ ਮਹਾਰਤ ਹੁੰਦੀ ਸੀ, ਕਹਿੰਦੇ ਚਲੋ ਫਿਰੋ ਨਾ, ਜਿਸ ਕਾਰ 'ਚ ਚੋਰੀ ਹੋ ਜਾਂਦੀ ਸੀ ਵੀ ਖੋਜੀ ਨੂੰ ਬੁਲਾਓ ਪਹਿਲਾਂ, ਖੋਜੀ ਫਿਰ ਉਹ ਪੈਰਾਂ ਦੇ ਨਿਸ਼ਾਨ ਤੋਂ ਜਾਂਦੇ ਜਾਂਦੇ ਲੱਭਦੇ ਕਰਦੇ ਉਹ ਜਿੱਥੇ ਤੁਹਾਡਾ ਜਾਨਵਰ ਲੈ ਕੇ ਚੋਰੀ ਕਰਕੇ ਲੈ ਕੇ ਗਏ ਹੁੰਦੇ ਸਨ ਜਾਂ ਚੋਰੀ ਹੋਈ ਹੁੰਦੀ ਸੀ, ਉੱਥੇ ਪਹੁੰਚ ਜਾਂਦੇ ਹੁੰਦੇ ਸਨ ਖੋਜੀ, ਤਾਂ ਖੋਜੀ ਫਿਰ ਜਿਹੜਾ ਨਾ ਇਸ ਤਰ੍ਹਾਂ ਚੋਰੀ ਫੜੀ ਜਾਂਦੀ ਸੀ, ਅਕਸਰ ਫੜੀ ਜਾਂਦੀ ਸੀ। ਜਿਵੇਂ ਕਿਸੇ ਘਰ 'ਚ ਕੋਈ ਚੋਰੀ ਹੁੰਦੀ ਸੀ, ਸਪੈਸ਼ਲੀ ਕੋਈ ਜਾਨਵਰ ਚੋਰੀ ਹੋ ਗਿਆ ਰਾਤ ਨੂੰ ਕੁਛ, ਤਾਂ ਪੂਰੀ ਖੋਜੀ ਦੀ ਖਿਦਮਤ ਹਾਸਿਲ ਕੀਤੀਆਂ ਜਾਂਦੀਆਂ ਸਨ ਕਿ ਵੀ ਖੁਰਾ ਲੱਭੋ, ਅਤੇ ਉਹ ਫਿਰ ਖੁਰੇ ਦੇ ਨਿਸ਼ਾਨ ਤੋਂ ਚੱਲਦੇ ਚੱਲਦੇ ਪਹੁੰਚ ਜਾਂਦੇ ਹੁੰਦੇ ਸਨ। ਇਸ ਤਰ੍ਹਾਂ ਫਿਰ ਜ਼ਮਾਨੇ ਸਨ ਕਿ ਉਹ ਜ਼ਮਾਨਿਆਂ 'ਚ ਇੰਨਾ ਨਹੀਂ ਸੀ ਕਿ ਜਾ ਕੇ ਰਪਟ ਕਰਾਓ ਅਤੇ ਨਾ ਇਹ ਕਰਾਓ ਕਰਾਓ, ਬਸ ਲੋਕ ਖੋਜੀ ਦੀ ਖਿਦਮਤ ਕਰਦੇ ਸਨ ਅਤੇ ਮਿਲ ਵੀ ਜਾਂਦਾ ਹੁੰਦਾ ਸੀ ਜ਼ਿਆਦਾਤਰ ਜਾਨਵਰ, ਅਤੇ ਕਿੰਨਾ ਇੱਕ ਮਹਾਰ। ਅਸੀਂ ਆਪਣੇ ਖਾਲਾ ਦੇ ਪਿੰਡ ਜਾਂਦੇ ਹੁੰਦੇ ਸਨ, ਉਦੋਂ ਉਹਨਾਂ ਦੇ ਇੱਕ ਦਫਾ ਹੋ ਗਿਆ ਸੀ, ਇੱਕ ਮੱਝ ਚੋਰੀ ਹੋ ਗਈ ਸੀ ਰਾਤ ਨੂੰ, ਬਸ ਬਈ ਸਵੇਰੇ ਅੜਬਸ ਮੱਛੀ ਪਈ ਸੀ ਕਿ ਇੱਧਰ ਕਰੋ ਉੱਧਰ ਕਰੋ, ਖੋਜੀ ਆਇਆ ਫਿਰ ਬੰਦੇ ਨਾਲ ਗਏ, ਫਿਰ ਖੋਜੀ ਚੱਲਦੇ ਜਾਂਦੇ ਨੇ, ਫਿਰ ਉਹ ਪੈਦਲ ਚੱਲਦੇ 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 ਖੁਰਾ ਉੱਥੇ ਤੱਕ ਪਹੁੰਚਿਆ, ਅਤੇ ਉਹ ਮੱਝ ਜਿਹੜੀ ਉਹਨੂੰ ਦਸਤੀ ਬਾਜ਼ਯਾਬ ਹੋ ਗਈ, ਉਹ ਬਾਜ਼ਯਾਬ ਹੋ ਗਈ। ਅਸੀਂ ਬੜੇ ਹੈਰਾਨ ਹੁੰਦੇ ਸਾਂ, ਯਕੀਨ ਮੰਨੋ ਮੈਂ ਅੱਜ ਵੀ ਬੜੀ ਹੈਰਾਨ ਹੋਣੀ ਕਿ ਉਸ ਜ਼ਮੀਨ 'ਤੇ ਤਾਂ ਇੰਨੇ ਲੋਕ ਚੱਲਦੇ ਨੇ, ਕੱਚੀਆਂ ਉਸ ਵੇਲੇ ਜ਼ਮੀਨਾਂ ਹੁੰਦੀਆਂ ਸਨ, ਪਰ ਕਿਸ ਤਰ੍ਹਾਂ ਖੁਰਾ ਲੱਭਦੇ ਨੇ। ਲੇਕਿਨ ਦੇਖੋ ਉਹ ਬੜੀ ਮਹਾਰਤ ਵਾਲੇ ਲੋਕ ਸਨ। ਮੈਂ ਕੱਲ੍ਹ ਇੱਕ ਦੇਖਿਆ ਰੀਲ ਦੇਖੀ ਉਹਦੇ 'ਤੇ ਇੰਸਟਾ ਦੇ ਉੱਪਰ, ਮੈਨੂੰ ਬੜਾ ਅਜੀਬ ਲੱਗਿਆ ਕਿ ਉਹਦੇ ਇੱਕ ਮਿਜ਼ਾ ਦੇ ਤੌਰ 'ਤੇ ਕਿਹਾ ਕਿ ਫਲਾਣੇ ਗੋਰਿਆਂ ਦੇ ਬਾਬੇ 'ਤੇ ਇਹ ਕੰਮ ਕਰਦੇ ਰਹੇ, ਉਹਨਾਂ ਨੇ ਇਜਾਦਤ ਕੀਤੀਆਂ, ਸਾਡੇ ਬਾਬੇ ਕੀ ਇਹ ਬਹਿ ਕੇ ਕਰ ਛੱਡਦੇ ਸਨ ਉਹ, ਅਤੇ ਇੱਕ ਵਿਊਜ਼ ਲੈਣ ਵਾਸਤੇ ਆਪਣੇ ਬਜ਼ੁਰਗਾਂ ਦਾ ਕਿਸ ਤਰ੍ਹਾਂ ਮਜ਼ਾਕ ਉਡਾਇਆ ਜਾਂਦਾ ਵੀ ਬੈਠ ਕੇ, ਅਤੇ ਮੈਨੂੰ ਬੜਾ ਅਜੀਬ ਲੱਗਿਆ ਕਿ ਯਾਰ ਉਹ ਬਜ਼ੁਰਗ ਜਿਹੜੇ ਸਨ ਉਹ ਇੱਕ ਘਰ ਵਿੱਚ ਬਰਕਤ ਵੀ ਸਮਝੀ ਜਾਂਦੀ ਸੀ ਔਰ ਉਹਨਾਂ ਦਾ ਇੱਜ਼ਤ ਇਹਤਰਾਮ, ਅਤੇ ਅਸੀਂ ਇਹ ਨੌਜਵਾਨ ਨਸਲ ਕਿਸ ਤਰਫ ਤੁਰ ਪਈ ਹੈ ਕਿ ਜ਼ਰਾ ਅਹਿਸਾਸ ਨਹੀਂ ਹੈ ਕਿ ਅਸੀਂ ਵਿਊਜ਼ ਲੈਣ ਵਾਸਤੇ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਅਸੀਂ ਬੁਰਾ ਭਲਾ ਕਹਿ ਰਹੇ ਹਾਂ, ਕਿ ਮਿਜ਼ਾ ਕਰੋ ਜ਼ਰੂਰ ਮਜ਼ਾਕ ਕਰੋ, ਲੇਕਿਨ ਐਸਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣੇ ਪਿੱਛਾ ਹੀ ਭੁੱਲ ਜਾਓ, ਆਪਣੇ ਬਜ਼ੁਰਗਾਂ ਨੂੰ ਬੁਰਾ ਕਹਿਣ ਲੱਗ ਜਾਓ। ਮੈਨੂੰ ਅੱਛੀ ਨਹੀਂ ਲੱਗੀ ਉਹ ਗੱਲ ਨਾ ਕਿ ਉਹ ਇਸ ਤਰ੍ਹਾਂ ਆਪਣੇ ਬਜ਼ੁਰਗਾਂ ਦਾ ਬੈਠ ਕੇ ਤਮਸਖਰ ਉਡਾਇਆ ਜਾ ਰਿਹਾ ਸੀ ਕਿ ਸਾਡੇ ਬਾਬੇ ਤਾਂ ਬਹਿ ਜਾਂਦੇ ਨੇ, ਬਸ ਇਹ ਪੀ ਛੜਿਆ ਅਤੇ ਇਹ ਕਰ ਲਿਆ, ਅਤੇ ਫਲਾਣਾ ਕਿੱਥੇ ਗਿਆ, ਫਲਾਣਾ ਕਿਹਦੇ ਘਰ ਬੜਿਆ, ਕਿਹਦੇ ਬਸ ਇਹ ਕਰਦੇ ਨੇ, ਅਤੇ ਉਹ ਇਸ ਟਾਈਪ ਦਾ ਬਜ਼ੁਰਗਾਂ ਵਾਸਤੇ ਅਲਫਾਜ਼ ਲਿਖੇ ਗਏ ਸਨ, ਅਤੇ ਉਹ ਮੈਨੂੰ ਅੱਛਾ ਨਹੀਂ ਲੱਗਿਆ ਕਿ ਇਸ ਤਰ੍ਹਾਂ ਤਸਦੀਕ ਨਹੀਂ ਕਰਨੀ ਚਾਹੀਦੀ ਆਪਣੇ ਰਿਸ਼ਤਿਆਂ ਦੀ, ਆਪਣੇ ਕੀ ਕਹਿੰਦੇ ਨੇ ਪਿਆਰੇ ਲੋਕਾਂ ਦੀ, ਆਪਣੇ ਬਜ਼ੁਰਗ ਲੋਕਾਂ ਦੀ। ਅਤੇ ਇੰਨੀ ਦੁਨੀਆ ਦੀ ਦੌੜ 'ਚ ਜ਼ਰੂਰ ਅੱਗੇ ਚੱਲੋ, ਪਰ ਇਹ ਕਿ ਪਿੱਛੇ ਨੂੰ ਕਰੀਏ ਨਾ, ਉਹਨਾਂ ਨੂੰ ਬੁਰਾ ਨਾ ਕਹੋ, ਉਹ ਬੜੇ ਅਜ਼ੀਮ ਲੋਕ ਸਨ, ਬੜੇ ਮਿਹਨਤੀ ਲੋਕ ਸਨ। ਅਤੇ ਮੈਂ ਫਿਰ ਮਜਬੂਰਨ, ਹਾਲਾਂਕਿ ਮੈਂ ਬਹੁਤ ਜ਼ਿਆਦਾ ਇਸ ਤਰ੍ਹਾਂ ਦੀ ਚੀਜ਼ਾਂ 'ਤੇ ਮੈਂ ਕਮੈਂਟ ਨਹੀਂ ਕਰਨੀ, ਪਰ ਮੈਂ ਫਿਰ ਕਮੈਂਟ ਉਹਨਾਂ ਨੂੰ ਕੀਤਾ, ਮੈਂ ਉਹਨਾਂ ਨੂੰ ਕਿਹਾ ਕਿ ਆਪਣੇ ਬਜ਼ੁਰਗਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਆਪਣੇ ਜਿਹੜੀਆਂ ਰਵਾਇਤ ਨੇ ਸਾਡੀਆਂ, ਜਿਹੜੀਆਂ ਸਾਡੀਆਂ ਚੀਜ਼ਾਂ, ਕੁਛ ਵਿਊਜ਼ ਵਾਸਤੇ ਉਹਨਾਂ ਨੂੰ ਕੁਰਬਾਨ ਨਾ ਕਰੋ ਕਿ ਅਸੀਂ ਬਸ ਵਿਊਜ਼ ਮਿਲ ਜਾਣ, ਅਸੀਂ ਭਾਵੇਂ ਕਿਸੇ ਨੂੰ ਬੁਰਾ ਕਹਿ ਦਈਏ, ਕਿਸੇ ਨੂੰ ਕੁਛ ਕਹਿ ਦਈਏ, ਅਸੀਂ ਇਹ ਨਾ ਕਰੋ। ਪਤਾ ਨਹੀਂ ਫਿਰ ਉਹਨਾਂ ਨੂੰ ਚੰਗਾ ਲੱਗੀ ਮੇਰੀ ਗੱਲ ਕਿ ਨਹੀਂ, ਲੇਕਿਨ ਉਹਦੇ ਨੀਚੇ ਜਿੰਨੇ ਕਮੈਂਟਸ ਹਨ, ਮੈਂ ਜ਼ਹਿਨ ਦੀ ਗੱਲ ਕਰ ਰਹੀ ਹਾਂ ਕਿ ਸਭ ਨੇ ਕਿਹਾ ਸੀ ਜ਼ਬਰਦਸਤ, ਵੈਰੀ ਗੁੱਡ, ਵੈਰੀ ਨਾਈਸ, ਵਾਹ ਵਾਹ ਭਾਈ ਜਾਨ ਮਜ਼ਾ ਆ ਗਿਆ, ਓ ਹੋ ਹੋ ਤੁਸੀਂ ਤਾਂ ਜ਼ਬਰਦਸਤ ਗੱਲ ਕਰ ਦਿੱਤੀ। ਅਤੇ ਉਹ ਜਿਹੜੀ ਲਿਖਿਆ ਵੀ ਹੋਇਆ ਸੀ, ਮੈਂ ਇੰਨਾ ਹੈਰਾਨ ਹੋਈ ਕਿ ਸਾਡੇ ਜ਼ਹਿਨ ਕਿਸ ਹੱਦ ਤੱਕ ਬਦਲ ਚੁੱਕੇ ਨੇ ਕਿ ਇੱਕ ਐਸੀ ਚੀਜ਼ ਕਿ ਬਜ਼ੁਰਗਾਂ ਦਾ ਮਜ਼ਾਕ ਉਡਾਇਆ ਗਿਆ ਜਿਹਦੇ ਵਿੱਚ ਔਰ ਉਹਨੂੰ ਬੜਾ ਸਰਾਹਿਆ ਜਾ ਰਿਹਾ ਵੇ, ਇਹ ਓਵਰਆਲ ਅੱਜ ਕੱਲ੍ਹ ਹਾਲਾਤ ਹੋ ਗਏ ਨੇ।
ਸਾਡੇ ਵਰਗੇ ਤਾਂ ਹੁੰਦੇ ਸਨ ਕਿ ਬਜ਼ੁਰਗ ਬੈਠੇ ਨੇ ਅਤੇ ਉਹਨਾਂ ਦੀ ਜੁੱਤੀ ਵੀ ਸਿੱਧੀ ਕਰਨੀ ਆ ਬਾਈ, ਉੱਠਣ ਲੱਗੇ ਨੇ ਅਤੇ ਜੁੱਤੀ ਸਿੱਧੀ ਕਰਕੇ ਉਹਨਾਂ ਦੇ ਪੈਰ ਦੇ ਅੱਗੇ ਰੱਖੋ ਕਿ ਇੰਨਾ ਅਦਬ ਇਹਤਰਾਮ ਹੁੰਦਾ ਸੀ ਅਤੇ ਉਹਨਾਂ ਦੀ ਹਰ ਗੱਲ ਮੰਨੀ ਜਾਂਦੀ ਸੀ। ਉਹਨਾਂ ਨੂੰ ਪਹਿਲੇ ਘਰ 'ਚ ਔਰਤਾਂ ਸਭ ਤੋਂ ਪਹਿਲੇ ਖਾਣਾ ਘਰ ਦੇ ਵੱਡੇ ਬਜ਼ੁਰਗ ਨੂੰ ਦਿੱਤਾ ਜਾਂਦਾ ਸੀ। ਜਿਵੇਂ ਖਾਣਾ ਤਿਆਰ ਹੁੰਦਾ ਸੀ ਸਭ ਤੋਂ ਪਹਿਲੇ ਖਾਣਾ ਜਿਹੜੇ ਜ਼ਿਆਦਾਤਰ ਬੜਿਆਂ ਨੂੰ ਮੀਆਂ ਜੀ ਜਾਂ ਕਿਹਾ ਜਾਂਦਾ ਸੀ, ਮੀਆਂ ਜੀ ਨੂੰ ਖਾਣਾ ਦਿੱਤਾ ਜਾਂਦਾ ਸੀ। ਇਹ ਪਹਿਲਾ ਖਾਣਾ ਉਹਨਾਂ ਦੇ ਅੱਗੇ, ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਦਿੱਤਾ ਜਾਂਦਾ ਸੀ। ਉਹਨਾਂ ਦੀ ਗੱਲ ਨੂੰ ਅਵਲੀਅਤ ਦਿੱਤੀ ਜਾਂਦੀ ਸੀ। ਜੋ ਘਰ ਦੇ ਬੜੇ ਬਜ਼ੁਰਗ ਗੱਲ ਕਹਿ ਦਿੰਦੇ ਸਨ ਸਭ ਨੂੰ ਮੰਨਣਾ ਉਹਨਾਂ ਦਾ ਫਰਜ਼ ਹੁੰਦਾ ਸੀ ਕਿ ਵੀ ਇਹ ਵੱਡਿਆਂ ਨੇ ਗੱਲ ਕਹੀਏ ਮੰਨਣਾ, ਬਗੈਰ ਕਿਸੇ ਚੂ ਚਰਾਂ ਦੇ ਅਸੀਂ ਮੰਨਣੀ ਹੈ ਗੱਲ। ਇਸ ਤਰ੍ਹਾਂ ਦੇ ਜ਼ਮਾਨੇ ਸਨ, ਹੁਣ ਕਿਸੇ ਜ਼ਮਾਨੇ ਆ ਗਏ ਨੇ, ਖੁੱਲ੍ਹੇਆਮ ਰਿਸ਼ਤਿਆਂ ਦਾ ਮਜ਼ਾਕ ਉਡਾਇਆ ਜਾ ਰਿਹਾ ਵੇ, ਰੀਲਸ ਬਣਾਈਆਂ ਜਾ ਰਹੀਆਂ ਨੇ, ਫੁੱਫੀਆਂ ਨੂੰ ਬੜਾ ਬੁਰਾ ਭਲਾ ਕਿਹਾ ਜਾਂਦਾ ਰੀਲਸ ਵਿੱਚ। ਉਹ ਮੈਨੂੰ ਇੰਨਾ ਬੁਰਾ ਲੱਗਦਾ ਕਿ ਇੰਨੇ ਪਿਆਰੇ ਪਿਆਰੇ ਸਾਡੇ ਰਿਸ਼ਤੇ ਨੇ, ਕਿਤੇ ਨੰਦ ਬਾਬਾ ਜੀ ਦਾ ਮਜ਼ਾ, ਇੰਨੇ ਪਿਆਰੇ ਰਿਸ਼ਤੇ ਨੇ ਅਤੇ ਅਸੀਂ ਆਪਣੇ ਰਿਸ਼ਤਿਆਂ ਦਾ ਖੁਦ ਹੀ ਇਹਤਰਾਮ ਨਹੀਂ ਕਰਦੇ। ਆਪਣੇ ਬੱਚਿਆਂ ਨੂੰ ਕੀ ਬੱਚੇ ਸਿੱਖ ਰਹੇ ਨੇ ਕਿ ਅਸੀਂ ਕੀ ਸਿਖਾ ਰਹੇ ਹਾਂ ਉਹਨਾਂ ਨੂੰ, ਕਿ ਕਿੰਨੀ ਗਲਤ ਗੱਲ ਹੈ ਕਿ ਉਹ ਬਾਅਦ ਜਗ੍ਹਾ ਪਰ ਮਾਵਾਂ ਵੀ ਨਾਲ ਉਹਨਾਂ 'ਤੇ ਰੀਲ ਬਣਾ ਰਹੀਆਂ ਹੁੰਦੀਆਂ ਨੇ ਔਰ ਐਸੀ ਕਿ ਵੀਡੀਓਜ਼ ਹੁੰਦੀਆਂ ਨੇ ਕਿ ਦੇਖ ਕੇ ਅੱਛਾ ਨਹੀਂ ਲੱਗਦਾ। ਕਿ ਅਸੀਂ ਆਪਣੇ ਬੱਚਿਆਂ ਨੂੰ ਚਾਹੀਦਾ ਕਿ ਰਿਸ਼ਤਿਆਂ ਦਾ ਇਹਤਰਾਮ ਸਿਖਾਈਏ, ਫਿਰ ਉਹ ਸਿੱਖਣ ਨਾ ਸਿੱਖਣ ਉਹਨਾਂ ਦੀ ਮਰਜ਼ੀ, ਉਹਨਾਂ ਦੀ ਮਰਜ਼ੀ। ਪਰ ਸਾਡਾ ਕੰਮ ਤਾਂ ਇਹੀ ਹੈ ਨਾ ਕਿ ਅਸੀਂ ਉਹਨਾਂ ਨੂੰ ਅੱਛੀ ਗੱਲ ਦੱਸੀਏ, ਉਹਨਾਂ ਨੂੰ ਕਰੀਏ, ਆਪਣੀ ਡਿਊਟੀ ਤਾਂ ਅਸੀਂ ਪੂਰੀ ਕਰੀਏ ਨਾ। ਇਹ ਤਾਂ ਨਹੀਂ ਕਿ ਅਸੀਂ ਆਪਣੀ ਡਿਊਟੀ ਨਾ ਪੂਰੀ ਕਰੀਏ ਤਾਂ ਆਪਣੇ ਦੱਸੀਏ ਨਾ। ਬਹਿਰਲ ਇਹ ਵੀ ਕਿ ਬਈ ਚਲੋ, ਉਹ ਦੌਰ ਚੱਲ ਰਿਹਾ ਸਾਰਾ ਸ਼ਦੀਦ ਕਿਸਮ ਦਾ ਜਿਹੜਾ ਨਾ ਮੀਡੀਆ ਦਾ ਦੌਰ ਹੈ, ਔਰ ਹਰ ਝੂਠੀ ਸੱਚੀ ਗੱਲ ਫੈਲ ਜਾਂਦੀ ਹੈ ਅਤੇ ਬਸ ਬਈ ਉਹ ਫਿਰ ਮਿੰਟਾਂ ਸਕਿੰਟਾਂ 'ਚ ਅਸਰ ਵੀ ਕਰ ਜਾਂਦੀ ਹੈ ਅਤੇ ਇਸ ਤਰ੍ਹਾਂ ਫਿਰ ਬੜਾ ਖਤਰਨਾਕ ਚੀਜ਼ਾਂ ਹੋ ਜਾਂਦੀਆਂ ਨੇ। ਬਸ ਦਫਾ ਲੈ ਕੇ ਚਲੋ ਵੀ ਕੋਈ ਗੱਲ ਨਹੀਂ, ਅਸੀਂ ਤਾਂ ਆਪਣਾ ਜੋ ਸਾਡੀ ਡਿਊਟੀ ਹੈ ਅਸੀਂ ਉਹ ਡਿਊਟੀ ਕਰਦੇ ਰਹਾਂਗੇ। ਅਸੀਂ ਉਹਨਾਂ ਜ਼ਮਾਨਿਆਂ ਨੂੰ ਯਾਦ ਵੀ ਕਰਨਾ, ਅਸੀਂ ਬੱਚਿਆਂ ਨੂੰ ਅੱਛੀ ਗੱਲ ਵੀ ਸਮਝਾਉਣੀ ਹੈ, ਅਸੀਂ ਜਿਹੜਾ ਨਾ ਆਪਣੇ ਰਵਾਇਤ ਦਾ ਵੀ ਖਿਆਲ ਕਰਨਾ, ਅਸੀਂ ਆਪਣੇ ਕੋਈ ਐਸੀ ਗੱਲ ਨਹੀਂ ਕਰਨੀ। ਬਾਕੀ ਫਿਰ ਹਰ ਬੰਦੇ ਦਾ ਉਹਦਾ ਅਮਲ ਹੈ, ਉਹਦੇ ਨਾਲ ਹੀ ਜਾਣਾ ਵੀ ਅਤੇ ਉਹ ਜਾਣਨ ਅਤੇ ਉਹਨਾਂ ਦਾ ਕੰਮ ਜਾਣੇ। ਚਲੋ ਵੀ ਹੁਣ ਮੈਂ ਤੁਹਾਡੇ ਕੋਲ ਇਜਾਜ਼ਤ ਚਾਹੁੰਦੀ ਹਾਂ, ਫਿਰ ਇਨਸ਼ਾਅੱਲਾ ਮਿਲਾਂਗੇ। ਥੋੜ੍ਹੇ ਬਹੁਤ ਕੰਮ ਕਾਜ ਕਰਨੇ ਨੇ, ਫਿਰ ਮੈਂ ਰਾਫੇ ਹਾਊਸ ਜਾਣਾ ਵੇ ਅਤੇ ਉੱਥੋਂ ਆਇਆ ਇਨਵੀਟੇਸ਼ਨ ਆਈ ਹੈ ਕਿ ਆ ਜਾਓ ਵੀ ਤੁਸੀਂ ਇੱਥੇ, ਨੂਰ ਫਾਤਮਾ ਨੇ ਬੁਲਾਇਆ ਅਤੇ ਸ਼ਾਇਦ ਮੇਰੀ ਸ਼ਾਦੀ ਕਾ ਖਿਆਲ ਦਿਲ ਮੇ ਆਇਆ ਹੈ, ਇਸੀ ਲੀਏ ਮੰਮੀ ਨੇ ਮੇਰੀ ਤੁਮੇ ਚਾਏ ਪੇ ਬੁਲਾਇਆ ਹੈ। ਅਤੇ ਗਾਣਾ ਬੜਾ ਮਸ਼ਹੂਰ ਹੋਇਆ ਸੀ, ਰਾਜੇਸ਼ ਖੰਨਾ ਅਤੇ ਟੀਨਾ ਦਾ ਸੀ, ਫਿਲਮਾਇਆ ਗਿਆ ਸੀ। ਓਏ ਹੋਏ, ਗਾਣਾ ਕੋਈ ਮਸ਼ਹੂਰ ਹੋਇਆ ਸੀ ਅਤੇ ਉਹ ਫਿਰ ਬੜੀ ਤਕਰਾਰ ਜੀ ਹੁੰਦੀ ਹੈ ਅਤੇ ਉਹ ਕਹਿੰਦੀ ਠੀਕ ਤੁਮ 4 ਵਜੇ ਘਰ ਚਲੇ ਆਨਾ, ਮੇਰਾ ਹੱਥ ਥਾਮ ਲੈਣਾ, ਜ਼ਰਾ ਨਾ ਘਬਰਾਨਾ। ਅਤੇ ਉਹ ਬੜਾ ਪਿਆਰਾ ਗਾਣਾ ਸੀ, ਬਹੁਤ ਮਸ਼ਹੂਰ ਹੋਇਆ ਸੀ। ਜਾਨੇ ਮਨ ਹਮ ਤੁਮੀ ਪੇ ਮਰਤੇ ਹੈ, ਬੜਾ ਅੱਗੋਂ ਮੈਂ ਸ਼ਾਇਦ ਥੋੜ੍ਹਾ ਜਿਹਾ ਭੁੱਲ ਰਹੀ ਹਾਂ, ਬਹੁਤ ਜ਼ਬਰਦਸਤ ਗਾਣਾ ਸੀ, ਪਤਾ ਨਹੀਂ ਮੈਨੂੰ ਕਿੱਥੋਂ ਯਾਦ ਆ ਗਿਆ, ਪਰ ਮੈਂ ਤੁਹਾਨੂੰ ਸੁਣਾ ਦਿੱਤਾ। ਇਹ ਵੀ ਇੱਕ ਦਿਮਾਗ ਵਿੱਚ ਨਾ ਇੱਕ ਜਿਵੇਂ ਸ਼ਾਇਰ ਨੂੰ ਸ਼ਾਇਰੀ ਦੀ ਆਮਦ ਹੋ ਜਾਂਦੀ ਹੈ ਨਾ, ਮੈਨੂੰ ਵੀ ਇਸ ਗੱਲ ਕਰਦੇ ਕਰਦੇ ਕਿਸੇ ਗਾਣੇ ਦੀ ਆਮਦ ਹੋ ਜਾਂਦੀ ਹੈ ਅਤੇ ਉਹ ਮੈਂ ਵਿੱਚ ਠੋਕ ਦਿੰਦੀ ਹਾਂ ਵਿੱਚ ਟੁਕੜਾ।
ਤੇ ਚਲੋ ਜੀ ਫਿਰ ਵਿਹਲੇ ਹਾਂ, ਤੁਹਾਨੂੰ ਰਾਫੀ ਹਾਊਸ ਜਾਵਾਂਗੇ ਅਤੇ ਉੱਥੇ ਦੱਸ ਦੇਖ ਰਹੇ ਹਾਂ ਉੱਥੇ ਸਾਡਾ ਕੀ ਜਿਹੜਾ ਨਾ ਮਸਰੂਫੀਅਤ ਗੁਜ਼ਰਦੀ ਹੈ, ਕਿਸ ਤਰ੍ਹਾਂ ਹੁੰਦੀ ਹੈ, ਤੁਹਾਨੂੰ ਨਾਲੋਂ ਨਾਲ ਸ਼ਾਮਿਲ ਰੱਖਾਂਗੇ। ਅਤੇ ਤੁਸੀਂ ਆਪਣੇ ਕਮੈਂਟ ਜ਼ਰੂਰ ਕਰੀਓ, ਆਪਣੇ ਕੀਮਤੀ ਤੋਂ ਉਸਮਾ 3 ਦਿਨ ਤੋਂ ਗਾਇਬੇ, ਅੱਜ ਮੈਂ ਇਹ ਵੀਡੀਓ ਅਪਲੋਡ ਕਰਕੇ ਮੈਂ ਉਸਮਾ ਦੀ ਖੈਰੀਅਤ ਪੁੱਛ ਰਹੀ ਹਾਂ। ਅੱਲਾ ਪਾਕ ਕਰੇ ਉਹ ਖੈਰੀਅਤ ਨਾਲ ਹੋਣ, ਕਿਉਂਕਿ ਉਸ 1-2 ਦਿਨ ਦੀ ਤਾਂ ਗੈਰ ਹਾਜ਼ਰੀ ਚੱਲਦੀ ਹੈ, 3 ਦਿਨ ਦੀ ਮੁਸਲਸਲ ਗੈਰ ਹਾਜ਼ਰੀ ਹੋ ਗਈ। ਹੁਣ ਥੋੜ੍ਹੀ ਥੋੜ੍ਹੀ ਤਸ਼ਵੀਸ਼ ਹੋਣੇ ਲੱਗ ਗਈ ਹੈ ਕਿ ਅੱਲਾ ਕਰੇ ਉਸਮਾ ਠੀਕ ਹੋਵੇ। ਤੁਸੀਂ ਵੀ ਸਾਰੇ ਦੁਆ ਕਰੀਓ ਕਿ ਉਸਮਾ ਖੈਰੀਅਤ ਨਾਲ ਹੋਵੇ, ਅਤੇ ਅਸੀਂ ਸਾਰੇ ਇੱਕ ਦੂਸਰੇ ਦਾ ਖਿਆਲ ਕਰਦੇ ਰਹਾਂਗੇ। ਕੋਈ ਵੀ ਇੱਕ ਮੈਂਬਰ ਸਾਡੇ 'ਚੋਂ ਘੱਟ ਹੁੰਦਾ ਹੋਵੇ ਤਾਂ ਫਿਰ ਅਸੀਂ ਸਾਨੂੰ ਫੌਰਨ ਉਹਦੀ ਫਿਕਰ ਹੋ ਜਾਂਦੀ ਹੈ ਵੀ ਕਿੱਥੇ ਗਿਆ, ਉਹਦੀ ਪਤਾ ਕਰੋ ਉਹਦਾ। ਇਹ ਵੀ ਇੱਕ ਮੁਹੱਬਤ ਦੀ ਨਿਸ਼ਾਨੀ ਹੁੰਦੀ ਹੈ। ਅੱਜ ਕੱਲ੍ਹ ਐਸੀਆਂ ਸੱਚੀਆਂ ਮੁਹੱਬਤਾਂ ਮਿਲਦੀਆਂ ਨੇ, ਅੱਜ ਕੱਲ੍ਹ ਦੇ ਕਹਿੰਦੇ ਜਾ ਪਰਾਂ ਮਾਰ ਅਤੇ ਦਫਾ ਹੋ, ਲੋਕ ਜਾਨ ਛੁਡਾਉਂਦੇ ਨੇ। ਅਤੇ ਫਿਰ ਮਿਲਦੇ ਆ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅਤੇ ਅੱਲਾ ਹਾਫਿਜ਼ ਅਤੇ ਰੱਬ ਰਾਖਾ। ਸੋਹਣੀ ਧੁੱਪ ਅਤੇ ਸੋਹਣਾ ਦਿਨ, ਕੰਮ ਕਾਜ ਨਿਪਟ ਗਏ ਨੇ ਸਾਡੇ, ਅਤੇ ਹੁਣ ਅਸੀਂ ਜਾ ਰਹੇ ਹਾਂ ਰਾਫੇ ਹਾਊਸ। ਅਤੇ ਰਾਫੇ ਹਾਊਸ ਤੋਂ ਇਨਵਾਈਟ ਕੀਤਾ ਗਿਆ ਵੇ, ਇਨਵੀਟੇਸ਼ਨ ਦਿੱਤੀ ਗਈ ਹੈ। ਹੈਲੋ, ਓਹੋ ਕਿੰਨੇ ਬੜੇ ਬੜੇ ਡੌਗੀ, ਮੈਨੂੰ ਤਾਂ ਡਰ ਲੱਗਦਾ ਵੇ ਬਈ ਇੰਨੇ ਵੱਡੇ ਵੱਡੇ ਦੇ ਨਾਲ, ਕੁੱਤਿਆਂ ਦੇ ਨਾਲ। ਪਰ ਐਵੇਂ ਕਿ ਇਹਨਾਂ ਨੂੰ ਡਰ ਨਹੀਂ ਲੱਗਦਾ, ਐਸਾ ਸ਼ੇਰ ਵਰਗੇ ਨੇ ਕਿ ਜਿਵੇਂ ਸ਼ੇਰ ਨਹੀਂ ਹੁੰਦੇ ਇਸ ਤਰ੍ਹਾਂ ਨੇ। ਲੇਕਿਨ ਮੈਂ ਅਕਸਰ ਇਹਨਾਂ ਨੂੰ ਦੇਖਦੀ ਹਾਂ ਇਸ ਲੇਡੀ ਨੂੰ, ਅਤੇ ਮੈਨੂੰ ਇਤਫਾਕ ਐਸਾ ਵੇ ਕਿ ਮੈਂ ਜਦੋਂ ਵੀ ਦੇਖਦੀ ਹਾਂ ਨਾ ਖਿੜਕੀ ਵਿੱਚੋਂ, ਉਹ ਨੀਚੇ ਚਲੇ ਗਏ ਹੁੰਦੇ ਨੇ ਹੈ, ਅਤੇ ਦੂਰ ਤੋਂ ਮੈਨੂੰ ਨਜ਼ਰ ਆਉਂਦੇ ਨੇ। ਅੱਜ ਹਸੀਨ ਇਤਫਾਕ ਹੈ ਵੇ ਕਿ ਮੈਨੂੰ ਨਜ਼ਰ ਆ ਗਏ ਹੈ, ਜਿਹੜਾ ਬਿਲਕੁਲ ਕਰੀਬ ਤੋਂ ਨਜ਼ਰ ਆ ਗਏ। ਖਾਸੇ ਬੜੇ ਬੜੇ ਇਹਨਾਂ ਕੋਲ ਡੋਗ ਨੇ, ਔਰ 3 ਨੇ ਬੜੇ ਇਹਨਾਂ ਨੂੰ ਟਹਿਲਾਉਂਦੇ ਨੇ ਬਈ, ਆਪਣੇ ਜਾਨਵਰਾਂ ਨੂੰ ਫਿਰ ਲੈ ਕੇ ਨਿਕਲਦੇ ਨੇ। ਅਤੇ ਮੈਂ ਤਾਂ ਥੋੜ੍ਹਾ ਜਿਹਾ ਰੁਕ ਗਈ ਹਾਂ ਕਿ ਵੀ ਇਹ ਥੱਲੇ ਉੱਤਰ ਜਾਣ, ਅਤੇ ਇਹ ਕੀ ਕਹਦੇ ਨੇ ਕਿਤੇ ਮੇਰੇ ਵੱਲ ਨਾਲ ਦੌੜ ਕੇ ਆ ਜਾਣ, ਕਿ ਮੈਨੂੰ ਬੜਾ ਡਰ ਲੱਗਦਾ ਵੇ। ਚਲੋ ਜੀ, ਇਹ ਖਾਸੀ ਹੱਦ ਤੱਕ ਚਲੇ ਗਏ ਨੇ ਨੀਚੇ। ਹਸੀਨ ਇਤਫਾਕ ਜ਼ਿੰਦਗੀ 'ਚ ਕਈ ਦਫਾ ਹੋ ਜਾਂਦੇ ਨੇ ਤੁਹਾਡੇ, ਕਿ ਮੈਂ ਹਮੇਸ਼ਾ ਇਹਨਾਂ ਨੂੰ ਦੇਖ ਨਹੀਂ ਸਾਨਾ, ਅਤੇ ਮੇਰਾ ਦਿਲ ਕਰਦਾ ਸੀ ਮੈਂ ਕਦੀ ਨਜ਼ਦੀਕ ਤੋਂ ਦੇਖਾਂ। ਪਰ ਐਵੇ ਕਿ ਅੱਜ ਮੌਕਾ ਮਿਲ ਹੀ ਗਿਆ ਕਿ ਨਜ਼ਦੀਕ ਤੋਂ ਦੇਖਣ ਦਾ, ਅਤੇ ਕਾਫੀ ਉਤਰ ਗਏ ਨੇ ਨੀਚੇ। ਇਸ ਤੋਂ ਫਿਰ ਮੈਂ ਉਤਰੀ ਹਾਂ, ਕਿਉਂਕਿ ਮੈਨੂੰ ਬਈ ਕੁੱਤਿਆਂ ਕੋਲੋਂ ਬੜਾ ਡਰ ਲੱਗਦਾ ਵੇ, ਕਿਉਂਕਿ ਉਹਨਾਂ ਅਕਸਰ ਇਸ ਤਰ੍ਹਾਂ ਹੁੰਦਾ ਵੇ ਕਿ ਕੱਟ ਲੈਂਦੇ ਨਾ, ਫਿਰ 14 ਟੀਕੇ ਲੱਗਦੇ ਹੁੰਦੇ ਸਨ ਕਿ ਢਿੱਡ ਵਿੱਚ 14 ਟੀਕੇ ਲੱਗਣੇ ਨੇ, ਅਤੇ ਬੜਾ ਬਈ ਉਹ ਵੀ ਫਿਰ ਬੜਾ ਦਰਦਨਾਕ ਮੰਜ਼ਰ ਹੁੰਦਾ। ਇਸ ਤੋਂ ਬਿਹਤਰ ਹੈ ਕਿ ਫਿਰ ਅਹਤਿਆਤ ਅੱਛੀ ਹੈ। ਥੋੜ੍ਹਾ ਜਿਹਾ ਸਾਇਆ ਆ ਗਿਆ, ਧੁੱਪ ਦੀ ਜਿਹੜੀ ਹੈ ਨਾ ਉਹ ਘੱਟ ਹੋਈ ਹੈ, ਔਰ ਇਹ ਏਰੀਆ ਜਿਹੜਾ ਵੀ ਥੋੜ੍ਹਾ ਜਿਹਾ ਬੜਾ ਸੋਹਣਾ, ਉੱਤੇ ਬੂਟਾ ਉੱਪਰ ਤੱਕ ਜਾਂਦਾ ਵੀ ਖਾਸਾ ਬੜਾ, ਔਰ ਕੀ ਕਹਿੰਦੇ ਨੇ ਇੱਥੇ ਛਾਂ ਆ ਜਾਂਦੀ ਹੈ। ਪਰ ਇਹ ਥੋੜ੍ਹੀ ਢਲਾਨ ਵਾਲਾ ਰਸਤਾ ਵੇ, ਇੱਥੇ ਵੀ ਜ਼ਰਾ ਧਿਆਨ ਨਹੀਂ ਉਤਰਨਾ ਹੁੰਦਾ ਹੈ ਕਿ ਆਰਾਮ ਆਰਾਮ ਨਾਲ ਉਤਰੋ, ਕਿ ਜ਼ਿਆਦਾ ਜਜ਼ਬਾਤੀ ਬਣ ਕੇ ਤੁਸੀਂ ਉਤਰੋਗੇ ਨਾ ਤਾਂ ਪਤਾ ਚੱਲੇ ਮੂੰਹ ਭਾਨੇ ਡਿੱਗੇ ਹੋਵੋ, ਅਤੇ ਨਾਲ ਹੀ ਤੁਹਾਡਾ ਕੋਈ ਦੰਦ ਛੰਦ ਨਿਕਲਿਆ ਹੋਵੇ। ਅਤੇ ਬੱਚੇ ਆ ਰਹੇ ਨੇ ਪਿੱਛੋਂ, ਥੋੜ੍ਹਾ ਜਿਹਾ ਮੈਂ ਉਹਨਾਂ ਨੂੰ ਜਗ੍ਹਾ ਦੇ ਦੇਣੀ ਆ, ਕਿਉਂਕਿ ਮੇਰੀ ਸਪੀਡ ਥੋੜ੍ਹੀ ਘੱਟ ਏ ਔਰ ਉਹਨਾਂ ਦੀ ਸਪੀਡ ਥੋੜ੍ਹੀ ਜ਼ਿਆਦਾ ਵੇ, ਅਤੇ ਮੈਂ ਥੋੜ੍ਹੀ ਜਿਹੀ ਐਕਸਾਈਟ ਹੋ ਜਾਂਦੀ ਹਾਂ, ਕਿਉਂਕਿ ਤਾਂ ਪੌਦੇ ਵਗੈਰਾ ਨੇ, ਅਤੇ ਰੋਡ ਵਿੱਚ ਤਾਂ ਚੱਲਣ ਵਾਲਾ ਜਿਹੜਾ ਛੋਟਾ ਵੇ, ਇੱਥੇ ਪੌਦੇ ਖਤਮ ਹੋਣਗੇ ਨਾ, ਅਤੇ ਇੱਥੇ ਜਿਹੜਾ ਥੋੜ੍ਹਾ ਜਿਹਾ ਵੱਧ ਜਾਂਦਾ, ਮੈਂ ਐਕਸਾਈਟ ਹੋ ਜਾਂਦੀ ਹਾਂ, ਤਾਂ ਕਿ ਆਰਾਮ ਨਾਲ ਬੱਚੇ ਗੁਜ਼ਰ ਜਾਣ, ਅਤੇ ਮੈਂ ਆਰਾਮ ਆਰਾਮ ਨਾਲ ਉਤਰਨਾ। ਅਸਲਾਮ ਵਾਲੇਕੁਮ, ਕੀ ਹਾਲ ਹੈ ਸ਼ਹਿਜ਼ਾਦੇ, ਠੀਕ ਹੋ? ਕੈਸਾ ਚੱਲ ਰਿਹਾ ਚੈਨਲ, ਕੈਸਾ ਚੱਲ ਰਿਹਾ?
ਜ਼ਬਰਦਸਤ ਤੇ ਬਈ ਕਹਾਂ ਜਾ ਰਹੇ ਹੋ ਆਪ ਲੋਕ? ਅੱਛਾ ਅੱਛਾ, ਮੰਮਾ ਠੀਕ ਹੈ? ਅੱਛਾ ਅੱਛਾ, ਅਸੀਂ ਦੇਖ ਲਓ ਕਿੰਨੀ ਸੋਹਣੀ ਬੈਰੀਜ ਲੱਗੀਆਂ ਹੋਈਆਂ ਨੇ ਰਸਤੇ ਵਿੱਚ। ਮੈਂ ਹਮੇਸ਼ਾ ਥੈਲੀ ਲਿਆਉਣਾ ਭੁੱਲ ਜਾਂਦੀ ਹਾਂ ਕਿ ਵੀ ਮੈਂ ਇਹਨੂੰ ਉਤਾਰਾਂਗੀ, ਥੈਲੀ ਨਾਲ ਹੋਵੇ ਨਾ ਤਾਂ ਬੰਦਾ ਤੋੜ ਤੋੜ ਕੇ ਅਤੇ ਵਿੱਚ ਪਾ ਲੈਂਦਾ ਵੇ, ਲੇਕਿਨ ਮੈਂ ਥੈਲੀ ਭੁੱਲ ਜਾਣੀ ਹੈ ਜਦੋਂ ਇੱਥੋਂ ਲੰਘਦੀ ਹਾਂ ਨਾ, ਉਦੋਂ ਮੈਨੂੰ ਯਾਦ ਆਉਂਦਾ। ਔਰ ਅੱਜ ਮੈਨੂੰ ਮੁਸਤਫਾ ਵੀ ਯਾਦ ਆ ਗਿਆ, ਮੁਸਤਫਾ ਦੇ ਨਾਲ ਇੱਕ ਦਿਨ ਮੈਂ ਆਈ ਸਾਂ ਅਤੇ ਅਸੀਂ ਤੋੜੀਆਂ ਔਰ ਅਸੀਂ ਦੋਨਾਂ ਨੇ ਫਿਰ ਖਾਧੀਆਂ ਫਰੈਸ਼ ਫਰੈਸ਼, ਬੜੀਆਂ ਸ਼ਾਨਦਾਰ। ਪਰ ਐਵੇਂ ਕਿ ਹੁਣ ਮੈਂ ਕੱਲ੍ਹ ਪਰਸੋਂ ਕਿਸੇ ਦਿਨ ਆਵਾਂਗੀ, ਸੋਚਦੀ ਤਾਂ ਮੈਂ ਰੋਜ਼ ਹੀ ਹਾਂ, ਪਰ ਵੋ ਵਾਅਦਾ ਹੀ ਕਿਹਾ ਜੋ ਵਫਾ ਹੋ ਗਿਆ, ਵੋ ਕਰਜ਼ ਹੀ ਕਿਹਾ ਜੋ ਅਦਾ ਹੋ ਗਿਆ, ਅਤੇ ਉਹ ਇਰਾਦਾ ਹੀ ਕੀ ਜਿਹੜਾ ਪੂਰਾ ਹੋ ਗਿਆ ਕਿ ਤੁਸੀਂ ਸੋਚੋ ਔਰ ਕਰ ਲਵੋ। ਬਈ ਇਸ ਤਰ੍ਹਾਂ ਹੀ ਰਹਿ ਜਾਂਦੀਆਂ ਨੇ ਗੱਲਾਂ, ਅਤੇ ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ, ਸ਼ਾਮਾਂ ਪੈ ਗਈਆਂ, ਉਹ ਸ਼ਾਮਾਂ ਪੈ ਗਈਆਂ, ਅਤੇ ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ, ਸ਼ਾਮਾਂ ਪੈ ਗਈਆਂ, ਅਤੇ ਇੱਕ ਅਸੀਂ ਖਾ ਲੈਂਦੇ ਹਾਂ। ਓਏ ਹੋਏ ਹੋਏ, ਬਚਪਨ ਦੀ ਉਹ ਇਮਲੀ ਯਾਦ ਆ ਗਈ ਜਿਹੜੀ ਬੂਟੇ ਤੋਂ ਤੋੜ ਕੇ ਖਾਂਦੇ ਹੁੰਦੇ ਸਾਂ ਨਾ। ਪਹਿਲੀ ਵਾਰੀ ਬੜੀ ਖੱਟੀ ਸੀ ਅਤੇ ਬਾਕੀ ਜਿਹੜੀ ਮਿੱਠੀਆਂ ਨੇ। ਚਲੋ ਜੀ, ਖਾ ਲਈਆਂ ਸੀ ਫਰੈਸ਼ ਫਰੈਸ਼ ਖਾ ਲਈਆਂ ਤੋੜ ਕੇ, ਅਤੇ ਮਜ਼ਾ ਆਇਆ, ਚੱਲਦੇ ਜਾ ਰਹੇ ਹਾਂ। ਧੁੱਪ ਬੜੀ ਅੱਛੀ ਹੈ ਔਰ ਬਸ ਇੰਨਾ ਨਿਖਰਿਆ ਹੋਇਆ ਦਿਨ ਨਿਕਲ ਰਿਹਾ ਨਾ, ਬੜਾ ਚੰਗਾ ਪਿਆ ਲੱਗਦਾ ਵਾਕ ਕਰਦੇ। ਅਤੇ ਮੈਂ ਤਾਂ ਆਰਾਮ ਨਾਲ ਘਰ ਬੈਠੀ ਸਾਂ, ਖਿੜਕੀ ਵਿੱਚ ਬੈਠੀ ਸਾਂ, ਵਿੰਡੋ ਵਿੱਚ, ਐਂ ਦੇਖੋ ਜੀ ਪਿੱਛੇ ਰਹਿ ਗਿਆ ਸਾਡਾ ਘਰ, ਅਸੀਂ ਕਾਫੀ ਨੀਚੇ ਉਤਰ ਆਏ ਹਾਂ। ਅਤੇ ਮੈਂ ਆਰਾਮ ਨਾਲ ਬੈਠੀ ਸਾਂ ਕਿ ਚਲੋ ਧੁੱਪ ਦੇ ਮਜ਼ੇ ਲੈਂਦੇ ਹਾਂ, ਖਿੜਕੀ ਦੇ ਸਾਹਮਣੇ ਬੈਠੀ ਸਾਂ ਤਾਂ ਧੁੱਪ ਆ ਰਹੀ ਸੀ ਅਤੇ ਇਸ ਤਰ੍ਹਾਂ। ਪਰ ਫਿਰ ਨੂਰ ਫਾਤਮਾ ਦਾ ਮੈਸੇਜ ਆਇਆ ਕਿ ਤੁਸੀਂ ਆ ਜਾਓ ਜੀ। ਮੈਂ ਕਿਹਾ ਅੱਛਾ ਜੀ ਠੀਕ ਹੈ, ਹਾਜ਼ਰ ਹਾਜ਼ਰ ਜਨਾਬ। ਅਤੇ ਮੈਂ ਫਿਰ ਨਿਕਲ ਪਈ ਘਰੋਂ। ਨੂਰ ਫਾਤਮਾ ਨੇ ਬੜੀ ਪੇਸ਼ਕਸ਼ ਕੀਤੀ ਹੈ ਮੈਨੂੰ ਕਿ ਬਈ ਤੁਹਾਡਾ ਫੈਸ਼ਲ ਕਰ ਦਾਂਗੇ ਜੇ ਤੁਸੀਂ ਆ ਜਾਓਗੇ, ਸੋਹਣਾ ਸੋਹਣਾ ਫੈਸ਼ਲ ਅਤੇ ਥੋੜ੍ਹੀ ਜਿਹੀ ਸਕਿੰਨ ਵਗੈਰਾ ਤੁਹਾਡੀ ਬਿਹਤਰ ਕਰ ਦਾਂਗੇ। ਅੱਜ ਕੱਲ੍ਹ ਚਲੋ ਠੀਕ ਹੈ, ਅਸੀਂ ਪੇਸ਼ਕਸ਼ ਤੋਂ ਫਰੀ ਦੀ ਪੇਸ਼ਕਸ਼, ਅੱਛੀ ਪੇਸ਼ਕਸ਼ ਤੋਂ ਕੌਣ ਫਾਇਦਾ ਨਹੀਂ ਚੁੱਕੇਗਾ। ਅਤੇ ਮੈਂ ਕਿਹਾ ਮੈਂ ਆ ਜਾਂਦੀ ਹਾਂ ਅਤੇ ਅਸੀਂ ਫਿਰ ਉੱਥੇ ਜਿਹੜਾ ਕਰਵਾ ਲਾਂਗੇ, ਫੈਸ਼ਲ ਕਰਵਾ ਲਾਂਗੇ। ਫੁੱਲਾਂ ਵਾਲੀ ਜਗ੍ਹਾ ਦੇ ਕੋਲ ਮੈਂ ਪਹੁੰਚ ਚੁੱਕੀ ਹਾਂ, ਸੋਹਣੇ ਸੋਹਣੇ ਫੁੱਲ ਲੱਗੇ ਹੋਏ ਨੇ ਔਰ ਬਹੁਤ ਪਿਆਰੇ ਲੱਗਦੇ ਨੇ। ਮੈਂ ਜਦੋਂ ਵੀ ਇੱਥੋਂ ਗੁਜ਼ਰਨੀ ਹਾਂ ਇਹਨਾਂ ਦੀ ਵੀਡੀਓ ਬਣਾਉਣਾ ਮੈਂ ਨਹੀਂ ਭੁੱਲਦੀ, ਕਿਉਂਕਿ ਫੁੱਲਾਂ ਦੇ ਨਾਲ ਤਾਂ ਇਸ਼ਕ ਹੈ ਨਾ ਮੈਨੂੰ। ਦੇਖੋ, ਮੁਝੇ ਇਸ਼ਕ ਹੈ ਤੁਮ ਹੀ ਸੇ, ਮੇਰੀ ਜਾਨ ਜ਼ਿੰਦਗਾਨੀ, ਤੇਰੇ ਪਾਸ ਮੇਰਾ ਦਿਲ ਹੈ, ਮੇਰੇ ਪਿਆਰ ਕੀ ਨਿਸ਼ਾਨੀ। ਮੁਝੇ ਇਸ਼ਕ ਹੈ ਤੁਮ ਹੀ ਸੇ। ਬੜੇ ਸੋਹਣੇ ਸੋਹਣੇ ਫੁੱਲ, ਖੂਬਸੂਰਤ। ਲਵੀ ਇਹ ਵਾਲਾ ਵੀ ਬੜਾ ਹੀ ਪਿਆਰਾ ਪਿਆ ਲੱਗਦਾ, ਭਰਿਆ ਹੋਇਆ। ਹੋਏ ਹੋਏ, ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਪਾਕ ਦੀ ਕੁਦਰਤ ਦੇ ਸਾਰੇ ਜਿਹੜੇ ਨਾ ਜਲਵੇ ਨੇ,
ਇੰਨਾ ਹਸੀਨ ਫੁੱਲ ਔਰ ਐਡਾ ਵੱਡਾ ਫੁੱਲ ਦੇਖੋ ਤੁਸੀਂ, ਬੜੇ ਹੀ ਪਿਆਰੇ। ਲਓ ਜੀ, ਅਸੀਂ ਵੀ ਆਪਣੀ ਮੰਜ਼ਿਲ ਦੇ ਕਰੀਬ ਪਹੁੰਚ ਚੁੱਕੇ ਹਾਂ ਅਤੇ ਚਲੋ ਜੀ ਫਿਰ ਤੁਹਾਨੂੰ ਮਿਲਦੇ ਹਾਂ। ਰਾਫੀ ਹਾਊਸ ਪਹੁੰਚ ਚੁੱਕੇ ਹਾਂ ਅਤੇ ਨੰਨੋ ਬਈ ਆਪਣਾ ਸਮਾਨ ਲੈ ਕੇ ਆ ਗਈ ਹੈ, ਜਿਹੜਾ ਇਹਨੇ ਮੇਰਾ ਫੇਸ਼ੀਅਲ ਕਰਨਾ ਵੇ। ਮਤਲਬ ਕੀ ਕੀ ਚੀਜ਼ਾਂ ਨੇ ਨੰਨੋ, ਬਤਾਓ ਕਿਆ ਕਿਆ ਚੀਜ਼ਾਂ ਹੈ ਇਹ ਸਾਰੀ ਚੀਜ਼ਾਂ ਯੂਜ਼ ਹੋਣਗੀ? ਅੱਛਾ, ਇਹ ਜੀ ਬਿਫੋਰ ਦੇਖ ਲਵੋ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਫਟਰ ਦੇਖੋਗੇ। ਇਸ ਵੇਲੇ ਬਹੁਤੇ ਹਾਲੇ ਕੁਛ ਨਹੀਂ ਲੱਗਿਆ, ਇਹ ਸਾਰਾ ਸਮਾਨ ਸਾਹਮਣੇ ਕੱਢ ਕੇ ਰੱਖਿਆ। ਨੰਨੋ ਹੱਸੀ ਜਾ ਰਹੀ ਹੈ, ਨੰਨੋ ਹੱਸਦੀ ਜਾ ਰਹੀ ਹੈ। ਅਸੀਂ ਹੁਣ ਕਰਨ ਲੱਗੇ ਹਾਂ ਕੀ ਕਹਿੰਦੇ ਨੇ ਫੇਸ਼ੀਅਲ, ਅਤੇ ਇਹ ਫਿਰ ਦੇਖੇਗੀ ਫਿਰ ਇਸ ਤੋਂ ਬਾਅਦ ਕੀ ਨਿਕਲਦਾ, ਫੇਸ਼ੀਅਲ ਤੋਂ ਬਾਅਦ ਕੀ ਨਿਕਲੇਗਾ ਨੰਨੋ? ਪਹਿਲੇ ਕਿਆ ਕਰਨਾ? ਬਾਲ ਇਕੱਠੇ ਕਰ ਰਹੇ। ਡੋਂਟ ਗੈਟ ਮੀ ਇਨ, ਤੁਮ ਤੋ ਨਹੀਂ ਆ ਰਹੀ, ਤੁਹਾਡੇ ਫੇਸ ਨਹੀਂ ਆ ਰਹਾ, ਹਾਥ ਆ ਰਹੇ ਬਸ। ਅਬ ਕਿਆ ਕਰਨਾ ਹੈ? ਬਾਲ ਕੱਟੋ, ਮੁਝੇ ਬਤਾ ਦਿੱਤੀ, ਮੈਂ ਇਕੱਠੇ ਕਰ ਲੈਤੀ, ਮੈਂ ਤਾਂ ਖੋਲ ਕੇ ਲੇਟੀ ਸੀ ਕਿ ਇਹ ਮੁੰਡੀ ਮੇਂ ਲਗੇਗਾ ਪਿੱਛੇ ਗਰਦਨ, ਧੋਨ ਮੇਂ ਆਏਗਾ। ਚਲੋ ਚਲੋ ਵੀ ਇਹ ਹੁਣ ਨੰਨੋ ਨੇ ਇੱਥੇ ਮੇਰਾ ਇਹਦਾ ਚੂੰਡਾ ਬਣਾ ਦਿੱਤਾ ਫਿਰ। ਚਲੋ ਵੀ ਚੂੰਡੇ ਤੋਂ ਬਾਅਦ ਹੁਣ ਦੇਖੋ ਕੀ ਹੁੰਦਾ। ਓਕੇ ਸੋ ਵੇਟ, ਹੋਲਡ ਥਿਸ ਫॉर ਅ ਸੈਕਿੰਡ। ਓਕੇ, ਨੰਨੋ ਨੇ ਥੋੜਾ ਜਿਹਾ ਪਾਣੀ ਲਾਇਆ ਫੇਸ ਦੇ ਉੱਪਰ। ਯੈਸ, ਆਮ ਗੋਇੰ ਟੂ ਗੈਟ ਥਿਸ ਓਰੀਜਿਨਸ। ਉਰਦੂ ਚ ਦੱਸ, ਨੋ ਨੀ ਵੱਡੀ ਅੰਗਰੇਜ਼, ਉਰਦੂ ਬਤਾਓ ਕਿ ਆਪ ਕੀ ਲਗਾ ਲਗਾ। ਯੂ ਇਨ ਇੰਗਲੈਂਡ? ਨਹੀਂ ਨਹੀਂ, ਇੰਗਲੈਂਡ ਨੋ ਨੋ ਨੋ, ਯੂ ਆਰ ਇਨ ਇੰਗਲੈਂਡ। ਓਕੇ, ਆਮ ਦ ਇੰਗਲਿਸ਼ ਪਰਸਨ, ਯੂ ਆਰ ਦ ਟ੍ਰਾਂਸਲੇਟਰ। ਨਹੀਂ ਨਹੀਂ, ਮੈਂ ਜਿਹੜਾ ਪਾਕਿਸਤਾਨੀ ਪਰਸਨ ਆ, ਪੰਜਾਬੀ ਪਰਸਨ। ਦੱਸ ਮੈਨੂੰ ਉਰਦੂ ਚ ਦੱਸ। ਪਲੀਜ਼ 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 ਕੀਪ ਕੁਆਇਟ। ਯਾਨੀ ਇਹ ਕੀ ਲਗਾਇਆ? ਫੇਸ ਵਾਸ਼। ਅੱਛਾ, ਫੇਸ ਵਾਸ਼ ਲਗਾਇਆ, ਫੇਸ ਵਾਸ਼ ਲੱਗਣ ਲਗਾ ਬਈ। ਓ ਯਮੀ ਯਮੀ, ਓਏ ਹੋਏ ਹੋਏ। ਓ ਨੋ, ਰਾਫੀ ਜੀ, ਯਾ ਰਾਫੀ ਵੀ ਚਾਲਾ ਮਾਰਦਾ ਪਿਆ। ਦਿਸ ਵਾਸ ਸੋ ਨਾਈਸ ਰਾਫੀ, ਡੂ ਯੂ ਵਾਂਟ ਅ ਫੇਸ਼ੀਅਲ? ਨੋ ਨੰਨੋ, ਯਾ ਅੱਛੇ, ਤੁਹਾਡੇ ਹੱਥ ਬੜੇ ਅੱਛੇ ਹੈ। ਯਾ ਫੇਸ ਵਾਸ਼ ਲਾ ਕੇ ਨੰਨੋ ਚੰਗੀ ਰਗੜਾਈ ਕਰ ਰਹੀ ਹੈ ਅਤੇ ਮੈਂ ਕਾਣੀ ਅੱਖ ਦੇ ਨਾਲ ਨਾ, ਮੈਂ ਕਿਹਾ ਚਲੋ ਮੈਂ ਥੋੜ੍ਹਾ ਹਲਕੀ ਜਿਹੀ ਅੱਖ ਖੋਲ੍ਹ ਕੇ ਤੁਹਾਨੂੰ ਦਿਖਾ ਦੇਵਾਂ ਕਿ ਫੇਸ ਵਾਸ਼ ਵਾਸ਼ ਲੱਗ ਰਿਹਾ ਵੇ। ਫੇਸ ਵਾਸ਼ ਉਤਾਰ ਦਿੱਤਾ ਨੰਨੋ ਨੇ, ਸਾਫ਼ ਹੋ ਗਿਆ ਚਿਹਰਾ। ਓਕੇ, ਨਾਊ ਵੀ ਯੂਜ਼ ਦਿਸ ਟੂ ਐਕਸਫੋਲੀਏਟ ਯੋਰ ਫੇਸ, ਟੂ ਗੈਟ ਰਿਡ ਆਫ ਡੈਡ ਸਕਿਨ ਸੈਲਸ। ਡੈਡ ਸਕਿਨ ਲਾਉਣ ਵਾਸਤੇ ਨੰਨੋ ਇਹ ਲਾਏਗੀ ਚਿਹਰੇ ਦੇ ਉੱਪਰ। ਨੰਨੋ ਨੇ ਐਕਸਫੋਲੀਏਟਰ ਲਾਇਆ ਸੀ, ਹੁਣ ਉਹਨੂੰ ਇਹ ਸਾਫ਼ ਕਰ ਰਹੀ, ਚਿਹਰੇ ਨੂੰ ਅੱਛੀ ਤਰ੍ਹਾਂ ਕਰ ਲਿਆ ਵੇ, ਉਸ ਤੋਂ ਬਾਅਦ ਇਹਨੂੰ ਸਾਫ਼ ਕਰ ਦੇ। ਚਾਰ ਕੋਲ ਨੋਜ਼ ਸਟ੍ਰਿਪਸ ਲੱਗ ਗਈ ਹੈ ਬਈ, ਇਹ ਇਸੇ ਕਿਆ ਨਿਕਲੇਗੇ? ਬਲੈਕ ਹੈਡਸ ਨਿਕਲੇਗੇ। ਬਲੈਕ ਹੈਡਸ ਸਾਰੇ ਕੱਢ ਦੇਗੀ ਬਈ। ਓਕੇ, ਐਂਡ ਨਾਊ ਵੀ ਪੁਟ ਔਨ ਦਿਸ ਫੇਸ ਮਾਸਕ, ਦਿਸ ਮਾਈਟ ਬਰਨ ਅ ਬਿਟ। ਫੇਸ ਮਾਸਕ? ਯਾ, ਇਹ ਫੇਸ ਮਾਸਕ ਹੈ? ਯਾ, ਇਹ ਕਿਹੜਾ ਮਾਸਕ ਹੈ?
It's like a liquid one. Achha, liquid vich aa gaya. Pehle to dusra hota tha na? Yeah. Face mask lagan laga naal. So ye to maine first time dekha hai. This like tingles, it kind of burns. दिल कर रहा सो जा तेरे अच्छे नरम नरम हाथ लग रहे. We need like music right now, calming music. हमने तो कभी ना बचपन में ये नहीं लगाई थी चीजें. हमें थी नहीं, खैर लगानी कहाँ से थी, थी नहीं हमारे जमाने में. मतलब क्या लगाते थे हम लोग, लगाते थे कोल्ड क्रीम. गोल्ड क्रीम तो बहुत बाद में आई है, उससे पहले हम लगाते थे मलाई. हाँ ew. ईयू नहीं, मलाई लगाते थे और बेसन से मुंह धो लेते थे और मलाई चेहरे पे लगाते थे, मक्खन लगा लेती थी औरतें, तो ये चीजें लगती होती थी फेस के ऊपर. ओके एंड नाउ कितनी देर रेस्ट करेंगे? 10 minutes. वेट, आई नीड टू पुट आई पैचेस ऑन योर आईज एज़ वेल. अच्छा 10 मिनट देखेंगे. चलो भाई 10 मिनट बाद देखने हैं की होता है. एक ये क्या लगा? क्यूकम्बर आईज. अच्छा चलो लगा दो. चलो आई आई पैड भी लाण लगी रनो, कि फिर 10 मिनट वास्ते आई पैड ला के सुकून दे नाल तुसीं नींद दी वादियां चले जाइयो. जाड़ा होवे तो नींद दी वादियां च भी जा सकदे हो तुसीं. Ooh, these are so slimy. Okay, wait. Let me get two out. ਪਤਾ ਚੱਲ ਡੰਡੋ ਤਜਰਬਾ ਕਰ ਰਹੀ ਹੋਵੇ ਸਾਰੀਆਂ ਨਵੀਆਂ ਚੀਜ਼ਾਂ ਦਾ ਮੇਰੇ ਉੱਪਰ, ਇਹ ਕਿਆ ਰਿਜ਼ਲਟ ਇਸਕੇ ਨਿਕਲਤੇ. Okay, let's see. Oh, we've got so many. All right, wait. Okay, close your eyes. Okay. ਦੂਸਰੀ ਬੰਦ ਹੋ ਜਾਏਗੀ ਫਿਰ. Then I'll close your thing. ਕੈਮਰਾ ਆਪ ਬੰਦ ਕਰ ਦੇਣਾ, ਠੀਕ ਹੈ? Okay. Wait, is this one or two? Okay, I don't know. I'm just going to put both of these on. Two iPad, mm-hmm. eye patches. Okay. We're going to take a picture. Dad, how are you feeling right now? Video bana rahi ho. Feeling kya, kuch kuch nazar hi nahi aa raha. Yeah, but do you feel calm and relaxed? Relax ho rahi hu, aankhein band hain aur bas halka halka aisa lag raha hai jaise chuban chuban si feel ho rahi hai. You look so beautiful right now. Oi hoi hoi. Just absolutely perfect. Oh, face mask bhi uterega te naal hai. Nikla kuch? Yeah, a bit. It's not too bad. Face mask saaf ho rahe hai bhai. You're asking for it. Where's Mama and Rafa actually gone? It's like a toner. Toner hi hai? Yeah. Toner lagane lage hai ji. I will just put it on with my hands. This is how I put it on.
हम क्या लगाने लगे हैं? हाइलुरोनिक टोनर के बाद हाइलुरोनिक एसिड, हाइलुरोनिक एसिड लगने लगा टोनर तो बाद ऐ लगने लगा। चलो ओके हाइलुरोनिक एसिड, हाइलुरोनिक एसिड तो बाद लग रही है जी। ऐ क्या लोशन, लोशन कोई सा भी लोशन लगा लो। या अच्छा आप स्टफिल लगाया ना। या चलो जी कोई सा भी लोशन ला लो, बस हो गया कंप्लीट। या यू जस्ट नीड सम वैसलीन। अच्छा वैसलीन लगानी है बाद में। हेलोरोनिक एसिड तो बाद एंड विच लग रही वैसलीन। वैसलीन पूरे चेहरे पे लगाएंगे? नो जस्ट योर लिप्स, सिर्फ लिप्स पे। या And that's you done. Done, oh Gary, done. Let's show them the after. Okay, this is my grandma. This is my grandma's beautiful mashallah glass skin. Mashallah, glassy skin. It's so shiny and nice and smooth, mashallah. No, no, usse zyada mehnat karni padi hai ki nahi? No. Nahi? No. Meri skin kaisi skin? It's very nice, mashallah. Mashallah, mashallah. Wait, do you want to see? ਨਨੋ ਕਹਿ ਰਹੀ ਹੈ ਕਿ ਮੇਰੀ ਤੁਹਾਡੀ ਸਕਿਨ ਬੜੀ ਅੱਛੀ ਹੈ ਕਿ ਜ਼ਿਆਦਾ ਮਿਹਨਤ ਨਹੀਂ ਮੈਨੂੰ ਕਰਨੀ ਪਈ ਕਿ ਜਿਹੜਾ ਨਾ ਉਹ ਕੀ ਕਹਿੰਦੇ ਨੇ ਲੇਪਾ ਪੋਤੀ ਬਹੁਤ ਜ਼ਿਆਦਾ ਨਹੀਂ ਕਰਨੀ ਪਈ, ਮੈਨੂੰ ਬਹੁਤ ਚੰਗਾ ਲੱਗਿਆ। ਮੈਨੂੰ ਖੁਦ ਬਹੁਤ ਚੰਗਾ ਲੱਗਿਆ ਵੇ ਕਿ ਫੇਸ਼ੀਅਲ ਜਿਹੜਾ ਕਰਾ ਕੇ ਔਰ ਸਕਿਨ ਵਾਕਈ ਵੀ ਨਨੋ ਨੇ ਚੰਗੀ ਕਰ ਦਿੱਤੀ ਕਿ ਇੱਥੇ ਵੀ ਸ਼ਾਈਨਿੰਗ ਆ ਰਹੀ ਹੈ ਅਤੇ ਇੱਥੇ ਵੀ ਸ਼ਾਈਨ ਆ ਰਹੀ ਆ, ਚੰਗਾ ਪਿਆ ਲੱਗਦਾ ਵੇ। ਅਤੇ ਲੋ ਵੀ ਅੱਜ ਸਾਡਾ ਫੇਸ਼ੀਅਲ ਤੁਸੀਂ ਦੇਖ ਲਵੋ, ਨਨੋ ਨੇ ਬੜੀ ਮਿਹਨਤ ਕੀਤੀ ਹੈ। ਨਨੋ ਕਹਿੰਦੀ ਮੈਂ ਤਿਆਰ ਨਹੀਂ ਹਾਂ, ਖੁਦਾ ਦਾ ਵਾਸਤਾ ਮੇਰੀ ਨਾ ਤੁਸੀਂ ਤਸਵੀਰ ਲੈ ਲਈਓ ਕਿ ਮੈਂ ਇਸ ਤਰ੍ਹਾਂ ਕਮਲੀ ਕੁਮਲੀ ਬਣ ਕੇ ਫਿਰਦੀ ਪਈ ਹੈ, ਟਰਾਊਜ਼ਰ ਪਾਇਆ ਹੋਇਆ ਖੁੱਲ੍ਹਾ ਜਿਹਾ, ਉੱਤੇ ਝਗਲਾ ਜਿਹੀ ਕਮੀਜ਼ ਪਾਈ ਹੋਈ ਹੈ ਨਨੋ ਨੇ। ਨਨੋ ਕਹਿੰਦੀ ਮੇਰਾ ਨਾ ਫੇਸ ਲਈਓ, ਬਸ ਤੁਹਾਡਾ ਹੀ ਫੇਸ ਕਾਫੀ, ਤੁਸੀਂ ਹਸੀਨ ਜ਼ਿਆਦਾ ਲੱਗ ਰਹੇ ਹੋ ਤੇ ਤੁਸੀਂ ਆਪਣਾ ਫੇਸ ਲਵੋ। ਤੇ ਚਲੋ ਵੀ ਨਨੋ ਬਹੁਤ ਬਹੁਤ ਸ਼ੁਕਰੀਆ। ਨਾਓ ਵੀ ਗੋਇੰਗ ਟੂ ਈਟ ਫ੍ਰੈਂਗੋਸ। ਫ੍ਰੈਂਗੋਸ ਖਾਣਾ ਹੈ? I think so. ਅੱਛਾ ਫਰੈਂਗੋਸ ਖਾ ਰਹੇ ਹਾਂ ਵੀ, ਚਲੋ ਫਰੈਂਗੋਸ ਫ੍ਰੀ ਦਾ ਹੋਇਆ ਫੇਸ਼ੀਅਲ, ਫ੍ਰੀ ਦਾ ਫਰੈਂਗੋਸ, ਤੋ ਫ੍ਰੀ ਐਫ ਐਫ ਫ੍ਰੀ ਹੋ ਗਿਆ ਵੀ ਸਾਡਾ ਤੇ ਐ ਨੰਨੋ ਐਫ ਐਫ ਫ੍ਰੀ ਬਣ ਗਿਆ ਨਾ। ਫੇਸ਼ੀਅਲ ਫਰੈਂਗੋਸ ਐਫ ਐਫ ਫ੍ਰੀ, ਦੋ ਚੀਜ਼ਾਂ ਮਿਲ ਜਾਣੀਆਂ ਹਮਕੋ ਫ੍ਰੀ। ਚਲੋ ਵੀ ਐਫ ਐਫ ਫ੍ਰੀ ਅੱਜ ਹੋ ਗਿਆ ਸਾਡਾ ਦਿਨ, ਕਿ ਸਾਡਾ ਫ੍ਰੀ ਦਾ ਹੋ ਗਿਆ ਫੈਸ਼ਨ ਤੇ ਫ੍ਰੀ ਦਾ ਹੋ ਜਾਣਾ ਫਰੈਂਗੋਸ। ਤੇ ਫਰੈਂਗੋਸ ਲੈਣ ਗਏ ਨੇ, ਆਉਂਦੇ ਨੇ ਤੇ ਫਿਰ ਅਸੀਂ ਖਾਂਦੇ ਹਾਂ ਤੇ ਫਿਰ ਮਜ਼ਾ, ਬਿਹਤਰੀਨ ਦਿਨ ਗੁਜ਼ਰੇ ਆ। ਚਲ ਹੱਥ ਤੇ ਅੱਗੇ ਕਰਦੇ ਹਾਂ, ਲਾਫੇਸ।